Yeah.
सहज समावन सहज ठाकुर गाय आत्म रंग ठाकुर गाय आत्म रंग ठाकुर गाय आत्म रंग ठाकुर गाय ठाकुर गाय ठाकुर गाय आत्म रंग वाहिगुरु जी का खालसा वाहिगुरु जी की फतेह। वाहेगुरु 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 शरणागती
ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਮੇਲ ਲੈ ਹੋ
ਸਿਰ ਡਗਮਗ ਛੱਡ ਰੇ ਮਨ ਬੋਰਾ ਛੱਡ ਰੇ ਮਨ ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹੱਥ ਸੰਦੋਰਾ ਡਗਮਗ ਛੱਡ ਰੇ ਛੱਡ ਰੇ ਮਨ ਭੋਰਾ ਛੱਡ ਰੇ ਮਨ ਸਿੱਧ ਪਾਈਏ ਲੀਨੋ ਹੱਥ ਸੰਦੋਰਾ ਅਬ ਤਜਰੇ ਮਰੇ ਸਿੱਧ ਪਾਈਏ ਲੀਨੋ ਹੱਥ
ਸੰਦੋਰਾ ਜਗਮਗ ਛਾਟ ਰੇ ਛਾਟ ਰੇ ਮਨ ਮੋਰਾ ਛਾਟ ਰੇ ਮਨ ਮੋਰਾ ਛਾਟ ਰੇ ਮਨ ਮੋਰਾ ਛਾਟ ਰੇ ਮਨ
ਸੰਦੋਰਾ ਡਗਮਗ ਸਾਰੇ ਛੱਡ
ਕੌਲਾ ਬੱਬਰੀ ਸੰਤੀ ਸਲੀ ਸੂਰ ਵੀਰ ਬਚਨ ਕੇ ਬਲੀ ਸੂਰ ਵੀਰ ਬਚਨ ਕੇ ਬਲੀ ਬਚਨ ਕੇ ਬਲੀ ਸੂਰ ਵੀਰ ਬਚਨ ਕੇ ਬਲੀ ਬਚਨ ਕੇ ਬਲੀ ਕਾਲਾ ਬੱਬਰੀ Thank you.
Thank you.
ਕਾਲਾ ਬੱਬਰੀ ਜਸ ਗਾਇਓ ਕੋਟ ਜਨਮ ਕੇ ਦੁਖ ਜਨਮ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਕਮ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਡਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਗੁਰੂ ਕਰਮੀ ਆਪੋ ਸ਼ਬਦ ਗੁਰੂ ਦਸ ਗੁਰੂ ਸਾਹਿਬਾਨ ਦੀ ਜਗ ਦੀ ਜੋਤ ਸਰਬ ਕਲਾ ਭਰਪੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਿੰਨਾਂ ਦੀ ਸੇਵਾ 'ਚ ਬੈਠੇ ਹਾਜ਼ਰੀ 'ਚ ਬੈਠੇ ਗੋ 'ਚ ਬੈਠੇ ਗੁਰੂ ਰੂਪ ਸਾਹਿਬ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦਾ ਭਿਆਨਕ ਘੱਲੂਘਾਰਾ ਜਿਸ ਵਿੱਚ ਸ਼ਹੀਦ ਹੋਏ ਸਾਡੇ ਅਮਰ ਸ਼ਹੀਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਤਿੰਨਾਂ ਦੇ ਨਾਲ ਬਹੁਤ ਬਹੁਤ ਸਿੰਘ ਭਚੰਗੀ ਸਭ ਸ਼ਹੀਦ ਹੋ ਗਏ। ਉਸ ਦਿਨ ਨੂੰ ਯਾਦ ਕਰਦਿਆਂ ਉਸ ਬਰਸੀ ਨੂੰ ਮਨਾਉਂਦਿਆਂ ਅੱਜ 35 ਸਾਲ ਹੋ ਚੱਲੇ ਨੇ 36 ਸਾਲ ਹੋ ਗਏ ਨੇ ਵਲੂੰਦੇ ਦਿਲਾਂ ਨਾਲ ਅੱਜ ਵੀ ਇਕੱਤਰਤ ਹੋ ਕੇ ਗੁਰੂ ਸਾਹਿਬ ਦੀ ਅਸ਼ੀਰਵਾਦ ਲੈ ਕੇ ਦਮਦਮੀ ਟਕਸਾਲ ਦੇ ਵਤਪਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬੀੜਾ ਚੁੱਕਿਆ ਸੇਵਾ ਦਾ ਸਿਮਰਨ ਦਾ ਇਲਾਕੇ 'ਚ ਗੁਰਮਤਿ ਪ੍ਰਚਾਰ ਦਾ ਤਿੰਨਾਂ ਦੀ ਅਗਵਾਈ 'ਚ ਵਿਚਰਦਿਆਂ ਗੁਰਸੰਗਤ ਦੇ ਪਿਆਰ ਨੂੰ ਮੁੱਖ ਰੱਖਦਿਆਂ ਸੰਤ ਮਹਾਂਪੁਰਖਾਂ ਦੀ ਯਾਦ ਉਹਨਾਂ ਦੀ ਇਸ ਇਲਾਕੇ 'ਚ ਪਧਾਰਨ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸੰਤ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ
ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਸਾਡੇ ਪਾਸ ਪਹੁੰਚੇ ਨੇ। ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਧੰਨ ਭਾਗ। ਉਹਨਾਂ ਨੇ ਸਾਨੂੰ ਗੁਰ ਇਤਿਹਾਸ ਸਰਵਣ ਕਰਾ ਕੇ ਉਹਨਾਂ ਸ਼ਹੀਦਾਂ ਦੀ ਯਾਦ ਦਿਲਾ ਕੇ ਸਾਨੂੰ ਫਿਰ ਸੇਵਾ ਸਿਮਰਨ ਅਤੇ 6 ਜੂਨ ਦੇ ਆ ਰਿਹਾ ਦਿਹਾੜਾ 20-25 ਦਿਨ ਨੂੰ ਜੋ ਹੈ ਸੇਵਾ 'ਚ ਲਾਉਣਾ ਹੈ। ਆਵੋ ਸਮਾਂ ਉਹਨਾਂ ਦੇ ਵਚਨ ਸੁਣਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂ ਉਹ ਆਪਣੇ ਪ੍ਰਵਚਨ ਸੁਣਾ ਕੇ ਆਪਣੇ ਸ਼ਬਦਾਂ ਦੇ ਨਾਲ ਆਪਣੇ ਇਸ ਪ੍ਰਚਾਰ ਦੇ ਨਾਲ ਸਾਨੂੰ ਕਿਰਪਾ ਕਰਨ, ਤ੍ਰਿਪਤ ਰੂਹਾਂ ਨੂੰ ਬਖਸ਼ਣ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰ ਦਾਸ ਗੁਰ ਹਿਰਦਤਾਬੋ, ਗੁਰ ਹਿਰਦਤਾਬੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਹਰ ਗੋਬਿੰਦ ਸੁਮਬ ਸੁਮਤ ਪ੍ਰਕਾਸਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋਂ ਤਰਾ ਪਰ ਪੂਨ ਪੂਨ ਸੀਸ, ਪੂਨ ਪੂਨ ਸੀਸ, ਬੰਦੋਂ ਬਾਰ ਬਾਰ ਜਗਦੀ ਜਿਸਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕ ਓਂਕਾਰਾ
ਸਤਿਗੁਰੁ ਤੇ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਗੰਗੂ ਨਾਉ ਸਹਿਗਲਾ, ਰਾਮਾ ਧਰਮਾ ਔਰ, ਪੰਚਮ ਉਦਾ ਜਾਨੀਏ, ਮਿਲ ਕੇ ਹੋਏ ਇੱਕ ਠੌਰ। ਗੰਗੂ ਨਾਉ ਸਹਿਗਲਾ, ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ, ਐਸੇ ਮਹਾਨ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ 6 ਜੂਨ 1984 ਦੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਹਾਂਪੁਰਖ ਦਮਦਮੇ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਸ਼ਹੀਦ ਹੋਏ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਜਥੇਦਾਰ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਸਿੰਘਣੀਆਂ ਭਟੰਗੀਆਂ ਬਜ਼ੁਰਗਾਂ ਮਾਤਾਵਾਂ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸ਼ਹੀਦਾਂ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਆ ਰਹੇ ਹਾਂ। ਇਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦੀਵਾਨਾਂ ਦਾ ਪ੍ਰਵਾਹ ਰੋਜ਼ਾਨਾ ਹੀ ਸ਼ਾਮ ਨੂੰ ਆਪਣੇ ਇਲਾਕੇ ਦੇ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਨਗਰਾਂ ਦੀ ਇਲਾਕੇ ਦੀ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਜੁੜ ਕਰਕੇ ਹਾਜ਼ਰੀ ਭਰਦੀ ਹੈ। ਇਸ ਅਸਥਾਨ 'ਤੇ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲਿਆਂ ਦੇ ਮਹਾਨ ਉਪਰਾਲੇ ਔਰ ਉੱਦਮ ਦੇ ਨਾਲ ਅੱਜ ਦੇ ਦਿਹਾੜਿਆਂ ਦੇ ਸ਼ਹੀਦੀ ਦੀਵਾਨ ਰੱਖੇ ਗਏ ਹਨ, ਜਿਨ੍ਹਾਂ ਵਿੱਚ ਆਪ ਸੰਗਤਾਂ ਨੇ
ਜਥੇ ਦੇ ਛੋਟੇ ਭਟੰਗੀ ਸਿੰਘਾਂ ਦੀ ਰਸਨਾ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੰਗੂ ਨਾਉ ਸਹਿਗਲਾ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੰਜ ਗੁਰੂ ਕੇ ਸਿੱਖ ਸਤਿਗੁਰਾਂ ਦੇ ਅੱਜ ਦਰਸ਼ਨ ਕਰਨ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿਨ੍ਹਾਂ ਦੇ ਨਾਮ ਭਾਈ ਗੰਗੂ, ਭਾਈ ਨਾਊ, ਭਾਈ ਰਾਮਾ, ਭਾਈ ਧਰਮਾ, ਚਾਰ ਪੰਚਮ, ਭਾਈ ਉਦਾ ਔਰ ਇਹ ਸਹਿਗਲਾ ਜਾਤੀ ਦੇ ਹੈ। ਖੱਤਰੀਆਂ ਦੀਆਂ ਜਾਤੀਆਂ, ਬ੍ਰਾਹਮਣਾਂ ਦੀਆਂ ਜਾਤੀਆਂ ਵੱਖ ਵੱਖ ਮੰਨੀਆਂ ਹਨ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਸਿੱਖ ਧਰਮ ਨੂੰ ਉਸ ਸਮੇਂ ਉੱਚ ਜਾਤੀ ਦੇ ਲੋਕ ਸ਼ੂਦਰ ਲੋਕਾਂ ਦਾ ਧਰਮ ਕਹਿ ਕੇ ਸਿੱਖ ਧਰਮ ਦੇ ਨਾਲ ਮਨ ਵਿੱਚ ਮਤਸਰ ਈਰਖਾ ਦਵੈਸ਼ ਕਰਿਆ ਕਰਦੇ ਸਨ। ਪਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਸਾ ਪ੍ਰਤਾਪ ਵਰਤਿਆ ਇਸ ਲੁਕਾਈ ਵਿੱਚ ਕਿ ਸਨੇ ਸਨੇ ਉੱਚ ਜਾਤੀਆਂ ਦੇ ਲੋਕ ਵੀ ਗੁਰਸਿੱਖੀ ਧਰਮ ਦੇ ਵਿੱਚ ਹਾਜ਼ਰ ਹੋਏ, ਸਤਿਗੁਰਾਂ ਦੇ ਚਰਨਾਂ ਵਿੱਚ ਸ਼ਾਮਿਲ ਹੋਏ ਔਰ ਸਤਿਗੁਰਾਂ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਸਿੱਖ ਬਣੇ। ਇਸ ਕਰਕੇ ਗੁਰਸਿੱਖ ਧਰਮ ਇੱਕ ਐਸਾ ਮਹਾਨ ਧਰਮ ਹੈ ਜਿਵੇਂ ਮਾਂ ਆਪਣੇ ਸਾਰੇ ਬੱਚਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਬਿਠਾਉਂਦੀ ਹੈ, ਭਾਵੇਂ ਬੱਚਿਆਂ ਦੇ ਕਿਹੋ ਜਿਹੀ ਸੁਭਾਅ ਹੋਣ, ਕਿਹੋ ਜਿਹੇ ਉਹਨਾਂ ਦੇ ਗੁਣ ਅਵਗੁਣ ਹੋਣ, ਪਰ ਉਹ ਸਾਰਿਆਂ ਨੂੰ ਆਪਣੇ ਨਿੱਘ ਦੀ ਛਾਂ ਦਿੰਦੀ ਹੈ। ਇਹ ਸਿੱਖ ਧਰਮ ਵੀ ਗੁਰੂ ਸਾਹਿਬ ਜੀ ਦਾ ਐਸਾ ਮਹਾਨ ਸਾਜਿਆ ਹੋਇਆ ਸਿੱਖ ਪੰਥ ਹੈ, ਖਾਲਸਾ ਪੰਥ ਹੈ, ਜਿਸ ਵਿੱਚ ਹਰ ਧਰਮ ਦੇ ਲੋਕ, ਹਰ ਧਰਮ ਦੇ, ਹਰ ਜਾਤੀ ਦੇ, ਹਰ ਵਰਨ ਔਰ ਵਰਗ ਦੇ ਲੋਕ ਗੁਰਸਿੱਖੀ ਦੇ ਵਿੱਚ ਸਤਿਗੁਰਾਂ ਨੇ ਆਪਣੇ ਕਲਾਵੇ ਵਿੱਚ ਲੈ ਕੇ ਸਾਰਿਆਂ ਨੂੰ ਆਪਣੇ ਪ੍ਰੇਮ ਦਾ, ਪਿਆਰ ਦਾ, ਆਨੰਦ ਦਾ, ਬਖਸ਼ਿਸ਼ਾਂ ਦਾ, ਸ਼ਾਂਤੀ ਦਾ, ਕਿਰਪਾ ਦਾ, ਰਹਿਮਤ ਦਾ ਨਿੱਘ ਬਖਸ਼ ਕੇ ਸਾਰਿਆਂ ਨੂੰ ਸਤਿਗੁਰੂ ਜੀ ਨੇ ਕਿਰਤਾਰਥ ਕੀਤਾ ਹੈ। ਸੋ ਸਾਧ ਸੰਗਤ ਜੀ, ਇਹ ਪੰਜ ਸਿੱਖ ਹਨ ਜਿਨ੍ਹਾਂ ਦਾ ਨਾਮ, ਪਹਿਲਾ ਨਾਮ ਭਾਈ ਗੰਗੂ ਹੈ, ਦੂਜਾ ਭਾਈ ਨਾਊ ਹੈ, ਤੀਜਾ ਭਾਈ ਰਾਮਾ ਹੈ, ਚੌਥਾ ਭਾਈ ਧਰਮਾ ਹੈ। ਗੰਗੂ ਨਾਊ ਸਹਿਗਲਾ, ਸਹਿਗਲਾ ਇਹਨਾਂ ਦੀ ਜਾਤੀ ਹੈ। ਰਾਮਾ ਧਰਮਾ ਔਰ ਤੀਜਾ ਰਾਮਾ ਤੇ ਚੌਥਾ ਧਰਮਾ ਔਰ ਇੱਕ ਹੋਰ ਵੀ ਹੈ, ਪੰਚਮ ਉਦਾ ਜਾਣੀਏ, ਪੰਜਵਾਂ ਭਾਈ ਉਦਾ ਜਾਣੀ ਦਾ ਹੈ। ਇਹ ਪੰਜ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਹਨ ਦਰਸ਼ਨ ਕਰਨ ਵਾਸਤੇ। ਮਿਲ ਕੇ ਹੋਏ ਇੱਕ ਠੌਰ, ਇਕੱਠੇ ਹੀ ਚੱਲ ਕੇ ਆਏ ਹੈ ਇੱਕੋ ਹੀ ਜਗ੍ਹਾ ਤੋਂ, ਇੱਕੋ ਹੀ ਇਲਾਕੇ ਵਿੱਚੋਂ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਚੌਪਈ ਸ਼੍ਰੀ ਅਰਜਨ ਕੀ ਪਰ ਕਰ ਸ਼ਰਨੀ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਹਨਾਂ ਸਿੱਖਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ, ਸਤਿਗੁਰਾਂ ਦੇ ਚਰਨਾਂ ਦੀ ਓਟ ਲੈਣਾ ਕੀਤੀ ਹੈ। ਬੰਦਨ ਕਰਕੇ ਬੇਨਤੀ ਬਰਨੀ, ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਆਪਣੇ ਵੱਲੋਂ। ਹੋਏ ਕਰ ਸਿੱਖ ਰਹੇ ਗੁਰਪਾਸ, ਹੇ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਅਸੀਂ ਸਿੱਖੀ ਧਾਰਨ ਕਰਕੇ ਤੁਹਾਡੇ ਚਰਨਾਂ ਵਿੱਚ ਹੀ ਸਿੱਖ ਬਣ ਕੇ ਰਹਿਣਾ ਚਾਹੁੰਦੇ ਹਾਂ। ਅੱਗੇ ਵੀ ਬਹੁਤ ਸਿੱਖਾਂ ਨੇ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਧਾਰਨ ਕੀਤੀ ਹੈ, ਸਿੱਖੀ ਨੂੰ ਕਮਾਇਆ ਹੈ। ਇੱਕ ਦਿਨ ਕਰਤ ਪਏ ਅਰਦਾਸ, ਸੱਚੇ ਪਾਤਸ਼ਾਹ ਕੁਝ ਸਿੱਖ ਇੱਕ ਦਿਨ ਮਿਲ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਰਨ ਲੱਗੇ ਔਰ ਇਹ ਵਿਚਾਰ ਕੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਰੇ ਸਿੱਖਾਂ ਨੇ ਮਿਲ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ, ਆਪਸ ਦੇ ਵਿੱਚ ਇਸ ਤਰ੍ਹਾਂ ਕਰਕੇ ਸਾਰਿਆਂ ਨੇ ਇੱਕ ਐਸੀ ਮਹਾਨ ਪਰਮਾਰਥ ਦੀ ਵਿਚਾਰ ਨੂੰ ਕੀਤਾ ਹੈ। ਵੇਦ ਕਤੇ ਮੁਨੀ ਅਵਤਾਰ, ਇਸ ਸੰਸਾਰ ਵਿੱਚ ਚਾਰ ਵੇਦ ਚਾਰ ਕਤੇਵ, ਵੇਦ ਸ਼ਬਦ ਜਿੱਥੇ ਆਏਗਾ ਉੱਥੇ ਸਨਾਤਨ ਹਿੰਦੂ ਧਰਮ ਦੇ ਚਾਰ ਵੇਦਾਂ ਦਾ ਜ਼ਿਕਰ ਆਏਗਾ, ਜਿੱਥੇ ਕਤੇਬ ਦਾ ਜ਼ਿਕਰ ਆਏਗਾ ਉੱਥੇ ਇਸਲਾਮ ਮੁਸਲਮਾਨ ਧਰਮ ਦੀਆਂ ਚਾਰ ਧਾਰਮਿਕ ਕਿਤਾਬਾਂ, ਚਾਰ ਧਾਰਮਿਕ ਗ੍ਰੰਥ ਜਿਹਨੂੰ ਤੌਰੇਤ, ਅੰਜੀਲ ਔਰ ਜੰਬੂਰ ਅਤੇ ਚੌਥੀ ਕੁਰਾਨ, ਇਹ ਚਾਰ ਕਿਤਾਬਾਂ ਇਸਲਾਮ ਧਰਮ ਦੇ ਧਾਰਮਿਕ ਗ੍ਰੰਥ ਮੰਨੇ ਜਾਂਦੇ ਹੈ। ਇਸ ਕਰਕੇ ਸਾਧ ਸੰਗਤ ਜੀ ਚਾਰ ਵੇਦ ਚਾਰੇ ਕਤੇਬ ਰਿਸ਼ੀ ਔਰ ਮੁਨੀ ਅਤੇ ਅਵਤਾਰ ਜਿੰਨੇ ਹਨ, ਪੰਡਿਤ ਗਿਆਨੀ ਭਏ ਹਜ਼ਾਰ, ਔਰ ਵੱਡੇ ਵੱਡੇ ਵਿਦਵਾਨ ਅਤੇ ਗਿਆਨਵਾਨ ਇਸ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਹੈ। ਸਭਨ ਭਾਖਿਓ ਬ੍ਰਹਮ ਅਨੰਤ, ਇਹਨਾਂ ਸਿੱਖਾਂ ਨੇ ਦੂਸਰੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਰਿਆਂ ਨੇ ਇੱਕੋ ਗੱਲ ਕਹੀ ਹੈ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ, ਕੋਈ ਉਸਨੂੰ ਈਸ਼ਰ ਕਹਿੰਦਾ, ਕੋਈ ਉਸ ਵਾਹਿਗੁਰੂ ਨੂੰ ਖੁਦਾ ਕਹਿੰਦਾ ਹੈ, ਕੋਈ ਅੱਲਾ ਆਖਦਾ, ਕੋਈ ਰੱਬ ਆਖਦਾ ਹੈ। ਆਪਾਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲੈ ਕੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਵਿਸ਼ੇਸ਼ ਰੂਪ ਦੇ ਵਿੱਚ, ਜਿਸ ਦਾ ਨਾਮ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਸ਼ਬਦ ਰੱਖਿਆ ਹੈ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਬ੍ਰਹਮ ਹੈ, ਵੇਦਾਂਤੀ ਉਸ ਨੂੰ ਬ੍ਰਹਮ ਕਹਿ ਕੇ ਬੁਲਾਉਂਦੇ ਹੈ। ਇਸ ਕਰਕੇ ਉਹ ਜਿਹੜਾ ਬ੍ਰਹਮ ਹੈ ਉਹ ਅਨੰਤ ਹੈ, ਉਹਦਾ ਕੋਈ ਅੰਤ ਨਹੀਂ ਅੱਜ ਤੱਕ ਪਾ ਸਕਿਆ, ਉਹਨੂੰ ਸਾਰੇ ਅਨੰਤ ਅਨੰਤ ਆਖਦੇ ਰਹੇ ਨਾ ਪਾਇਓ ਅੰਤ, ਸਾਰੇ ਰੱਬ ਦਾ ਅੰਤ ਲੱਭਦੇ ਰਹੇ ਪਰ ਕਿਸੇ ਨੂੰ ਪਰਮਾਤਮਾ ਦਾ, ਵਾਹਿਗੁਰੂ ਪਰਮੇਸ਼ਰ ਦਾ, ਅਕਾਲ ਪੁਰਖ ਦਾ ਅੰਤ ਨਹੀਂ ਲੱਭਿਆ, ਅੰਤ ਨਹੀਂ ਥਿਆਇਆ। ਬ੍ਰਹਮ ਜੋ ਕਹੈ ਸੱਚ ਦਾ ਆਨੰਦ, ਜੋ ਬ੍ਰਹਮ ਹੈ ਉਸ ਨੂੰ ਸੱਚ ਚਿੱਤ ਆਨੰਦ ਕਿਹਾ ਜਾਂਦਾ ਹੈ।
ਸੱਚ ਦਾ ਆਨੰਦ ਸ਼ਬਦ ਜਿੱਥੇ ਆਏਗਾ ਉੱਥੇ ਤਿੰਨੇ ਸ਼ਬਦਾਂ ਦਾ ਸੁਮੇਲ ਬਣ ਜਾਂਦਾ ਸਤ ਚਿੱਤ ਆਨੰਦ। ਸਤ ਨਾਸ ਤੋਂ ਰਹਿਤ ਜਿਹੜਾ ਸਦਾ ਰਹਿਣ ਵਾਲਾ ਹੋਵੇ, ਚਿੱਤ ਤੋਂ ਹੁੰਦਾ ਚੇਤਨ, ਭਾਵ ਜਿਹਦੇ ਵਿੱਚ ਚੇਤਨ ਸ਼ਕਤੀ, ਚੇਤਨ ਸੱਤਾ ਵੀ ਜਿਹਦੇ ਅਧੀਨ ਹੈ, ਚੇਤਨ ਵੀ ਹੈ ਔਰ ਆਨੰਦ ਸਰੂਪ ਵੀ ਹੈ। ਐਸੇ ਤਿੰਨ ਪਦਾਂ ਤੋਂ ਜਿਸ ਨੂੰ ਸੱਤ ਚਿੱਤ ਆਨੰਦ ਕਿਹਾ ਜਾਂਦਾ ਉਹਨੂੰ ਸੱਚ ਦਾ ਆਨੰਦ ਵੀ ਕਿਹਾ ਜਾਂਦਾ ਹੈ। ਕਿਉਂ ਜੋ ਬ੍ਰਹਮ ਹੈ ਉਹ ਸੱਚ ਚਿੱਤ ਆਨੰਦ ਕਿਹਾ ਜਾਂਦਾ ਹੈ। ਸ਼੍ਰੀ ਨਾਨਕ ਸਵਰੂਪ ਮੁਕੰਦ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਉਸ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਰੂਪ ਸਨ। ਬ੍ਰਹਮ ਅਵਤਾਰ ਕਹਿ ਬਖਿਆਤ, ਸਾਰੇ ਉਹਨਾਂ ਨੂੰ ਬ੍ਰਹਮ ਦਾ ਪਰਮੇਸ਼ਰ ਦਾ ਅਵਤਾਰ ਕਹਿ ਕੇ ਉਹਨਾਂ ਦਾ ਸਤਿਕਾਰ ਸਨਮਾਨ ਕਰਦੇ ਆ। ਬਖਿਆਤ ਹੁੰਦਾ ਪ੍ਰਗਟ, ਪ੍ਰਤੱਖ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ, ਬ੍ਰਹਮ ਦਾ, ਵਾਹਿਗੁਰੂ ਦਾ ਪ੍ਰਤੱਖ ਅਵਤਾਰ ਸਨ। ਜਾਣੇ ਪਰੇ ਸਭਨ ਸਾਖਿਆਤ, ਸਾਰਿਆਂ ਨੇ ਇਸ ਗੱਲ ਨੂੰ ਜਾਣਿਆ ਹੈ, ਸਾਰਿਆਂ ਵਿੱਚ ਇਹ ਗੱਲ ਪ੍ਰਗਟ ਹੈ। ਅਸੀਂ ਸਿੱਖ ਵੀ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਮੰਨਦੇ ਹਾਂ, ਉਸੇ ਦਾ ਅਵਤਾਰ ਸਮਝਦੇ ਹਾਂ, ਇਹ ਗੱਲ ਨੂੰ ਸਾਰੇ ਜਾਣਦੇ ਹਨ, ਇਹ ਪ੍ਰਤੱਖ ਹੈ। ਸੋ ਤਉ ਅੰਤ ਜਾਣਤੇ ਹੋਏ, ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅੰਤ ਜਾਣਦੇ ਹੀ ਹੋਣਗੇ ਨਾ। ਇਹ ਸਵਾਲ ਹੁਣ ਅਗਲਾ ਆ ਗਿਆ, ਸਵਾਲ ਕੀ ਕੀਤਾ ਕਿ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਸਨ ਅਤੇ ਰੱਬ ਦਾ ਰੂਪ ਹੋਣ ਕਰਕੇ ਉਹਨਾਂ ਨੂੰ ਆਪਣੇ ਅੰਤ ਦਾ ਤਾਂ ਪਤਾ ਹੋਏਗਾ ਨਾ ਵੀ ਮੇਰਾ ਅੰਤ ਕਿੱਥੇ ਤੱਕ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਤਾਂ ਜਾਣਦੇ ਹੀ ਹੋਣਗੇ, ਆਪਣੋ ਅੰਤ ਲਖ ਹੈ ਸਭ ਕੋਈ, ਸਭ ਕੋਈ ਆਪਣਾ ਅੰਤ, ਆਪਣਾ ਅਖੀਰਲਾ ਓੜਕ। ਜਿਹੜਾ ਕੋਈ ਕਿਸੇ ਵਸਤੂ ਨੂੰ ਬਣਾਉਂਦਾ ਹੈ ਉਸ ਦੀ ਆਰੰਭਤਾ ਤੋਂ ਲੈ ਕੇ ਅਖੀਰ ਤੱਕ ਉਸ ਬਾਰੇ ਸਾਰਾ ਗਿਆਨ ਰੱਖਦਾ, ਸਾਰਾ ਗਿਆਨ ਉਹਨੂੰ ਪਤਾ ਹੁੰਦਾ, ਉਹ ਜਾਣਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਤਾਂ ਪਤਾ ਹੋਏਗਾ ਹੀ ਨਾ ਵੀ ਸਾਡਾ ਸਰੂਪ ਹੈ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਉਹ ਤਾਂ ਬ੍ਰਹਮ ਦਾ ਅੰਤ ਜਾਣਦੇ ਹੀ ਹੋਣਗੇ ਕਿ ਪਰਮੇਸ਼ਰ ਕਿੱਥੋਂ ਕੁ ਤੱਕ ਹੈ, ਕਿੱਥੋਂ ਕੁ ਤੱਕ ਉਸ ਦਾ ਪਸਾਰਾ ਹੈ। ਸ਼੍ਰੀ ਅਰਜਨ ਸੁਣ ਸੰਸਾ ਐਸੇ, ਐਸਾ ਸੰਸਾ, ਧੰਨ ਗੁਰੂ ਅਰਜਨ ਦੇਵ ਜੀ ਨੇ ਐਸਾ ਸਵਾਲ, ਐਸੀ ਸਿੱਖਾਂ ਦੀ ਵਿਚਾਰ ਨੂੰ ਸੁਣ ਕੇ ਉਸ ਵਕਤ ਉੱਤਰ ਦਿਓ ਤੈਨੂੰ ਕਹੋ ਤੈਸੇ, ਉਹਨਾਂ ਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ, ਜਵਾਬ ਦਿੱਤਾ ਨਿਰਣਾ ਕਰਕੇ। ਆਦ ਅੰਤ ਬ੍ਰਹਮ ਕੀ ਜੇ ਹੋਏ, ਮਹਾਰਾਜ ਕਹਿੰਦੇ ਪਰਮੇਸ਼ਰ ਦਾ ਆਦ ਭਾਵ ਉਹ ਕਿੱਥੋਂ ਪੈਦਾ ਹੋਇਆ, ਜੰਮਿਆ ਕਿਵੇਂ ਔਰ ਅੰਤ ਉਹਦਾ ਕਿੱਥੇ ਜਾ ਕੇ ਹੋਣਾ, ਸਮਾਪਤ ਉਹਨੇ ਕਿੱਥੇ ਹੋਣਾ, ਮੁੱਕਣਾ ਕਿੱਥੇ ਹੈ। ਇਸ ਕਰਕੇ ਜੋ ਬ੍ਰਹਮ ਹੈ ਪਰਮੇਸ਼ਰ ਹੈ ਉਹਦਾ ਜਿਹੜਾ ਆਦ ਅੰਤ ਹੈ ਉਸ ਬਾਬਤ ਸ਼੍ਰੀ ਨਾਨਕ ਜੀ ਉਚਰਤ ਸੋਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਰੂਰ ਆਪਣੀ ਰਸਨਾ ਤੋਂ ਦੱਸਦੇ ਕਿ ਪਰਮੇਸ਼ਰ ਕਦੋਂ ਪੈਦਾ ਹੋਇਆ ਔਰ ਕਦੋਂ ਪਰਮੇਸ਼ਰ ਦਾ ਅੰਤ ਹੋਣਾ, ਉਹ ਜ਼ਰੂਰ ਸੰਗਤਾਂ ਨੂੰ ਦੱਸਣਾ ਕਰਦੇ। ਜਿਸ ਕੈ ਕਬਹੂ ਆਦ ਨਾ ਅੰਤ, ਪਰ ਜਿਸ ਵਾਹਿਗੁਰੂ ਦਾ ਨਾ ਆਦ ਹੈ ਨਾ ਅੰਤ ਹੈ, ਨਾ ਉਹਦੀ ਪੈਦਾਇਸ਼ ਦਾ ਕਿਸੇ ਨੂੰ ਪਤਾ ਨਾ ਉਹਦੇ ਅੰਤ ਦਾ ਪਤਾ,
ਐਸਾ ਜੋ ਆਦ ਅੰਤ ਤੋਂ ਰਹਿਤ ਹੈ। ਕਹਿਬੋ ਤਿਸ ਕੋ ਬਨਹ ਬੇਅੰਤ, ਉਸ ਨੂੰ ਬੇਅੰਤ ਬੇਅੰਤੀ ਕਹਿਣਾ ਬਣਦਾ ਹੈ, ਉਹ ਬੇਅੰਤੀ ਬੇਅੰਤ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅੰਤ ਨਾ ਅੰਤਾ ਸਦਾ ਬੇਅੰਤਾ ਉਸ ਨੂੰ ਬੇਅੰਤ ਬੇਅੰਤ ਕਹਿ ਕੇ ਕਿਹਾ ਹੈ। ਜੈਸੇ ਵੇਦ ਨਾਰਾਇਣ ਸਵਾਸ, ਜਿਵੇਂ ਵੇਦਾਂ ਨੂੰ ਨਾਰਾਇਣ ਦੇ ਭਗਵਾਨ ਦੇ ਸਾਹ ਸਵਾਸ ਮੰਨਿਆ ਹੈ, ਧਾਰਮਿਕ ਸਨਾਤਨ ਧਰਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ। ਵਰਣਨ ਕਰਿਓ ਬ੍ਰਹਮ ਕੁਛ ਤਾਸ, ਉਸ ਵੇਦਾਂ ਦੀ ਬਾਣੀ ਵਿੱਚ ਵੀ ਬ੍ਰਹਮ ਦਾ ਕੁਝ ਨਾ ਕੁਝ ਵਰਣਨ ਕੀਤਾ ਹੈ, ਕਥਨ ਕੀਤਾ ਹੈ ਥੋੜਾ। ਮਧਸੂਦਨ ਸੋ ਬ੍ਰਹਮ ਸਰੂਪ, ਜਿਹੜਾ ਮਧਸੂਦਨ ਭਗਵਾਨ ਵਿਸ਼ਨੂੰ ਹੋਏ ਮਧੂ ਦੈਂਤ ਨੂੰ ਮਾਰਿਆ ਉਹਨਾਂ ਨੇ, ਉਹ ਵੀ ਬ੍ਰਹਮ ਸਰੂਪ ਦੀ ਸ਼ਕਤੀ ਨਾਲ ਹੀ ਸੰਸਾਰ ਤੇ ਆਏ, ਉਸੇ ਨੇ ਪੈਦਾ ਕੀਤੇ ਸਨ। ਭਇਓ ਨਿਰਗੁਣ ਤੇ ਸਗੁਣ ਸਾਨੂਪ, ਨਿਰਗੁਣ ਨਿਰਾਕਾਰ ਜੋ ਪਰਮੇਸ਼ਰ ਹੈ ਉਸੇ ਦੁਆਰਾ ਸਰਗੁਣੀ ਜਿਹੜੀ ਸ੍ਰਿਸ਼ਟੀ ਹੈ, ਸਰਗੁਣ ਆਪਾਂ ਦਿਖਾਈ ਦੇਣ ਵਾਲੇ ਭਾਵ ਸਰਗੁਣ ਨੂੰ ਕਿਹਾ ਜਾਂਦਾ ਹੈ, ਜਿਹੜਾ ਸਾਡੀਆਂ ਅੱਖਾਂ ਨੂੰ ਦਿਖਾਈ ਦਿੰਦਾ, ਜਿਸ ਦੁਆਰਾ ਸਾਨੂੰ ਸਾਰਾ ਕੁਝ ਅੱਖਾਂ ਵੇਖਦੀਆਂ ਕੰਨ ਸੁਣਦੇ ਹੈ, ਇਹ ਸਰਗੁਣ ਸਾਰੀ ਸਰਗੁਣੀ ਲੀਲਾ ਹੈ। ਇਸ ਕਰਕੇ ਜਿਸ ਨਿਰਗੁਣ ਨੇ ਸਾਰਾ ਸਰਗੁਣ ਦਾ ਰੂਪ, ਸਾਰੇ ਸੰਸਾਰ ਦੀ ਰਚਨਾ ਭਗਵਾਨ ਵਿਸ਼ਨੂੰ ਤੋਂ ਲੈ ਕੇ ਸਾਰੀ ਰਚਨਾ ਰਚੀ ਹੈ। ਤੈਨੂੰ ਵੇਦ ਮੈਂ ਕਹਿਓ ਬੇਅੰਤ, ਇਸ ਕਰਕੇ ਉਹਨਾਂ ਨੇ ਵੀ ਭਾਵ ਵੇਦਾਂ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਬੇਅੰਤ ਕਰਕੇ ਕਿਹਾ ਹੈ। ਨੇਤ ਨੇਤ ਕਥੰਤ ਵੇਦਾ, ਪੂਤੀ ਜੇ ਕਹਤੇ ਆਦਰੋ ਅੰਤ, ਜੇ ਪਰਮੇਸ਼ਰ ਦਾ ਆਦ ਅਤੇ ਅੰਤ ਕੋਈ ਹੁੰਦਾ ਤਾਂ ਵੇਦ ਵੀ ਇਸ ਗੱਲ ਦਾ ਨਿਰਣਾ ਕਰਦੇ। ਕਹਿਣ ਬੇਅੰਤ ਅੰਤ ਇਹ ਜਾਣ ਹੋ, ਜਿਹੜਾ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿਣਾ ਨਾ, ਇਹੀ ਉਹਦਾ ਅੰਤ ਜਾਣਨਾ, ਭਾਵ ਇਹੀ ਉਸ ਦੇ ਅਖੀਰ ਤੱਕ ਉਸ ਵਿੱਚ ਪਹੁੰਚਣਾ ਕਿ ਹੇ ਵਾਹਿਗੁਰੂ ਤੂੰ ਬੇਅੰਤ ਹੈ, ਬੇਅੰਤ ਹੈ, ਤੂੰ ਬੇਅੰਤ ਕੋ ਬਿਰਲਾ ਜਾਣੈ, ਗੁਰਪ੍ਰਸਾਦ ਕੋ ਸ਼ਬਦ ਪਛਾਣੈ। ਇਸ ਕਰਕੇ ਬੇਅੰਤ ਬੇਅੰਤ ਕਹਿਣਾ ਹੀ ਉਸ ਵਾਹਿਗੁਰੂ ਦਾ ਅੰਤ ਹੈ, ਇਹ ਭਾਵਨਾ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ। ਅਪਰ ਨ ਸੰਸੈ ਕੈਸੇ ਅੰਨ ਹੋ, ਇਸ ਕਰਕੇ ਇਸ ਗੱਲ ਦਾ ਕੋਈ ਉੱਤਰ ਹੀ ਨਹੀਂ ਹੈ, ਗੁਰੂ ਸਾਹਿਬ ਨੇ ਵੀ ਨਹੀਂ ਦਿੱਤਾ, ਪਹਿਲੇ ਰਿਸ਼ੀਆਂ ਮੁਨੀਆਂ ਅਵਤਾਰਾਂ ਨੇ ਵੀ ਨਹੀਂ ਇਸ ਬਾਬਤ ਕੋਈ ਨਿਰਣਾ ਕਰ ਸਕੇ। ਇਸ ਕਰਕੇ ਉਸ ਵਾਹਿਗੁਰੂ ਪ੍ਰਤੀ ਕੋਈ ਸੰਸਾ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਨਹੀਂ ਲਿਆਉਣਾ। ਗੁਰਸਿੱਖੋ ਤੁਮ ਅਬ ਬ੍ਰਹਮ ਲਖ ਹੋ ਸਭ ਮਾਹੇ, ਤੁਸੀਂ ਆਪਣੀ ਦ੍ਰਿਸ਼ਟੀ ਐਸੀ ਬਣਾਉਣਾ ਕਰੋ ਕਿ ਸਾਰੇ ਜੀਵਾਂ ਵਿੱਚ ਪਰਮੇਸ਼ਰ ਨੂੰ ਵਸਦਾ ਹੀ ਦੇਖਣਾ, ਜਰੇ ਜਰੇ ਵਿੱਚ ਪਰਮਾਤਮਾ ਵਿਆਪਕ ਹੈ, ਵਾਹਿਗੁਰੂ ਵਿਆਪਕ ਹੈ, ਉਸ ਨੂੰ ਸਾਰਿਆਂ ਵਿੱਚ ਹੀ ਉਸ ਦੀ ਜੋਤ ਨੂੰ ਵੇਖਣਾ ਔਰ ਸਾਰਿਆਂ ਵਿੱਚ ਪਰਮਾਤਮਾ ਨੂੰ ਹੀ ਵਾਹਿਗੁਰੂ ਨੂੰ ਹੀ ਅਨੁਭਵ ਕਰਨਾ ਹੈ। ਨਭ ਸਮ ਸਾਰੇ ਖੰਡਤ ਨਾਹੇ, ਜਿਵੇਂ ਸਾਰਿਆਂ ਥਾਵਾਂ ਤੇ ਆਕਾਸ਼ ਇੱਕੋ ਹੀ ਰੂਪ ਵਿੱਚ ਵਿਆਪਕ ਹੈ, ਕਿਤੋਂ ਵੀ ਆਕਾਸ਼ ਘੱਟ ਨਹੀਂ ਨਜ਼ਰ ਆਉਂਦਾ, ਸਾਰੇ ਪੂਰਨ ਰੂਪ ਦੇ ਵਿੱਚ ਵਿਆਪਕ ਹੈ, ਊਣਾ ਨਹੀਂ ਹੈ, ਘੱਟ ਨਹੀਂ ਹੈ। ਸਿੱਖਣ ਸੋ ਅਬ ਭਾਉ ਕਰੀਜੈ, ਇਸ ਕਰਕੇ ਜਿਵੇਂ ਆਕਾਸ਼ ਸਾਰੇ ਵਿਆਪਕ ਹੈ, ਪਰਮੇਸ਼ੁਰ ਵੀ ਸਾਰੇ ਵਿਆਪਕ ਹੈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ,
ਜਿਮੀ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਇਸ ਕਰਕੇ ਤੁਸੀਂ ਇਹ ਆਪਣੀ ਬ੍ਰਹਮ ਦ੍ਰਿਸ਼ਟੀ ਬਣਾਉਣਾ ਕਰੋ। ਬ੍ਰਹਮ ਦ੍ਰਿਸ਼ਟੀ ਦਾ ਅਭਿਆਸ ਬੜਾ ਕਠਿਨ ਸਾਧਨ ਹੈ। ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖਣਾ, ਜਿਹਦੀ ਦ੍ਰਿਸ਼ਟੀ ਬਹੁਤ ਉੱਚੀ ਉੱਠ ਜਾਏ, ਅਗਿਆਨ ਦਾ ਪਰਦਾ ਜਿਹਦਾ ਗੁਰੂ ਸਾਹਿਬ ਦੂਰ ਕਰ ਦੇਣ, ਉਹਨੂੰ ਇਹ ਦਿਵ ਦ੍ਰਿਸ਼ਟੀ, ਗਿਆਨਵਾਨਾਂ ਵਾਲੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਜਿਵੇਂ ਭਾਈ ਕਨ੍ਹੱਈਆ ਜੀ ਨੇ, ਭਾਈ ਨੰਦ ਲਾਲ ਸਿੰਘ ਜੀ ਨੇ ਸਾਰਿਆਂ ਵਿੱਚ ਗੁਰੂ ਜੋਤੀ ਨੂੰ ਵੇਖਿਆ। ਇਸ ਕਰਕੇ ਭਾਈ ਸਤਿਗੁਰੂ ਕੀ ਉਪਦੇਸ਼ ਦੇ ਰਹੇ ਇਹਨਾਂ ਸਿੱਖਾਂ ਨੂੰ ਕਿ ਤੁਸੀਂ ਇਹ ਭਾਵਨਾ ਕਰਨੀ ਹੈ, ਇਹ ਅਭਿਆਸ ਮਨ ਵਿੱਚ ਪਰਪੱਕ ਕਰਨਾ ਕਿ ਸਾਰਿਆਂ ਵਿੱਚ ਪਰਮੇਸ਼ਰ ਵੱਸਦਾ ਔਰ ਸਾਰਿਆਂ ਵਿੱਚ ਪਰਮੇਸ਼ਰ ਦਾ ਰੂਪ ਹੀ ਤੱਕਣਾ ਸਭ ਨੂੰ, ਔਰ ਗੁਰਸਿੱਖਾਂ ਨਾਲ ਬਹੁਤ ਪ੍ਰੇਮ ਕਰਨਾ ਹੈ। ਵਾਹਿਗੁਰੂ ਮੁਖ ਜਾਪ ਜਪੀਜਾ। ਜੇ ਤੁਹਾਡੇ ਕੋਲ ਇਹ ਦ੍ਰਿਸ਼ਟੀਆਂ ਜੇ ਨਹੀਂ ਆਈ ਤਾਂ ਵਾਹਿਗੁਰੂ ਨਾਮ ਦਾ ਜਾਪ ਜਪੋ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਜਾਪ ਕਰਦੇ ਆ, ਸਿਮਰਨ ਕਰਦੇ ਆ, ਫਿਰ ਬ੍ਰਹਮ ਦੀ ਲਖਤਾ ਹੋ ਆਉਂਦੀ ਹੈ, ਪਰਮੇਸ਼ਰ ਹੀ ਸਾਰਿਆਂ ਵਿੱਚ ਦਿਖਾਈ ਦੇਣ ਲੱਗ ਪੈਂਦਾ। ਇਸ ਦਾ ਸੌਖਾ ਤਰੀਕਾ ਢੰਗ ਕੀ ਹੈ? ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਦਾ ਜਾਪ ਜਪਿਆ ਕਰੋ। ਕਿਹੇ ਸੋ ਦਰੋਹ ਨਹੀਂ ਮਨ ਠਾਨੋ। ਮਨ ਵਿੱਚ ਕਿਸੇ ਨਾਲ ਦਰੋਹ ਛਲ ਨਹੀਂ ਕਰਨਾ, ਈਰਖਾ ਨਹੀਂ ਕਰਨੀ, ਮਨ ਨੂੰ ਸ਼ਾਂਤ ਰੱਖਣਾ ਹੈ ਹਮੇਸ਼ਾ। ਇੱਕ ਬ੍ਰਹਮ ਕੋ ਰੂਪ ਪਛਾਨੋ। ਸਾਰਿਆਂ ਵਿੱਚ ਇੱਕ ਬ੍ਰਹਮ ਦਾ ਰੂਪ ਹੀ ਪਛਾਨਣਾ, ਵੇਖਣਾ ਹੈ, ਤੱਕਣਾ ਹੈ। ਇਸ ਤੇ ਹੋਏ ਤੁਮਰੋ ਕਲਿਆਣ। ਜੇ ਤੁਸੀਂ ਇਹ ਬਚਨ ਮੰਨੋਗੇ ਤਾਂ ਤੁਹਾਡੀ ਵੀ ਕਲਿਆਣ ਮੁਕਤੀ ਹੋ ਜਾਏਗੀ। ਜਨਮ ਮਰਨ ਦਾ ਬੰਧਨ ਹਾਨ। ਜਦੋਂ ਐਸੀ ਕਿਰਪਾ ਹੋ ਗਈ, ਐਸੀ ਅਵਸਥਾ ਬਣ ਗਈ, ਦ੍ਰਿਸ਼ਟੀ ਖੁੱਲ ਗਈ, ਤਾਂ ਜੰਮਣ ਮਰਨ ਦੇ ਬੰਧਨ ਤੁਹਾਡੇ ਨਾਸ ਹੋ ਜਾਣਗੇ, ਗੇੜਾ ਆਉਣ ਜਾਣ ਦਾ ਕੱਟਿਆ ਜਾਏਗਾ। ਸ੍ਰੀ ਗੁਰ ਤੇ ਸੁਣ ਕੇ ਉਪਦੇਸ਼। ਸਤਿਗੁਰਾਂ ਤੋਂ ਐਸਾ ਪਰਮ ਪਵਿੱਤਰ ਉਪਦੇਸ਼ ਸੁਣ ਕੇ ਲਾਗੇ ਸਿਮਰਨ ਨਾਮ ਹਮੇਸ਼ ਹਮੇਸ਼ਾ ਵਾਸਤੇ ਸਿਮਰਨ ਕਰਨ ਲੱਗ ਗਏ ਵਾਹਿਗੁਰੂ ਨਾਮ ਦਾ। ਸੇਵਤ ਰਹਿ ਗੁਰੂ ਭਗਵੰਤ। ਔਰ ਭਗਵੰਤ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਪ੍ਰੇਮ ਨਾਲ। ਪ੍ਰਾਪਤ ਭਇਓ ਪਰਮ ਪਦ ਅੰਤ। ਅੰਤ ਨੂੰ ਪਰਮ ਪਦਵੀ ਪ੍ਰਾਪਤ ਹੋਈ, ਮੁਕਤੀ ਦਾ ਦਾਨ ਪ੍ਰਾਪਤ ਹੋਇਆ। ਇਉਂ ਜੰਮਣ ਮਰਨ ਕੱਟਿਆ ਗਿਆ ਇਹਨਾਂ ਸਿੱਖਾਂ ਦਾ। ਇਸ ਤੋਂ ਅਗਲਾ ਪ੍ਰਸੰਗ ਬਹੁਤ ਹੀ ਸੁੰਦਰ ਕਥਾ ਆਰੰਭ ਹੋ ਰਹੀ ਹੈ, ਗਿਆਨਵਾਨਾਂ ਵਾਲੀ ਵਿਚਾਰ ਹੈ, ਆਪ ਸੁਣੋ ਸਾਰੇ ਪ੍ਰੇਮ ਦੇ ਨਾਲ। ਫਿਰਨਾ ਸੂਦਰ ਭੋਲੂ ਜੱਟੂ। ਇਹ ਸਿੱਖ ਹਨ ਭਾਈ ਫਿਰਨਾ, ਭਾਈ ਸੂਦਰ, ਭਾਈ ਭੋਲੂ, ਭਾਈ ਜੱਟੂ, ਚਾਰ ਨਾਮ ਹਨ। ਬੇਤਾ ਅਪਰ ਮਿਲਿਓ ਸੰਗ ਭੱਟੂ। ਔਰ ਪੰਜਵਾਂ ਭਾਈ ਬੇਤਾ, ਛੇਵਾਂ ਭੱਟੂ, ਇਹ ਮਿਲ ਕੇ ਇਕੱਠੇ ਹੋ ਕੇ ਪੰਡਤ ਹੋ ਤੋ ਤਿਵਾੜੀ ਸਾਰੇ। ਇਹ ਸਾਰੇ ਬ੍ਰਾਹਮਣ ਜਾਤੀ ਵਿੱਚੋਂ ਤਿਵਾੜੀ ਗੋਤ ਦੇ ਸਨ। ਇਹ ਸਾਰੇ ਮਿਲ ਕਰਕੇ ਮਿਲ ਆਏ ਸ੍ਰੀ ਅਰਜਨ ਦੁਆਰੇ। ਧੰਨ ਗੁਰੂ ਅਰਜਨ ਦੇਵ ਜੀ ਦੇ ਦਰ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਹਨ। ਵੇਖ ਕਰ ਨਮੋ ਕਰੀ ਤੱਕ ਸ਼ਰਨੀ। ਸਤਿਗੁਰੂ ਜੀ ਦੀਵਾਨ ਵਿੱਚ ਸੱਜ ਕੇ
ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਔਰ ਜਦੋਂ ਸਾਹਮਣੇ ਆਏ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਹਨਾਂ ਨੇ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ, ਪੁਨ ਅਰਦਾਸ ਆਪਣੀ ਬਰਨੀ। ਫਿਰ ਇਹਨਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਗਰੀਬ ਨਿਵਾਜ ਮਹਾਨ। ਇਹ ਮਹਾਨ ਸਤਿਗੁਰੂ, ਤੁਸੀਂ ਮਹਾਨ ਇਸ ਕਰਕੇ ਹੋ ਕਿ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਹੇ ਗਰੀਬਾਂ ਨੂੰ ਨਿਵਾਜਣ ਵਾਲੇ ਮਹਾਨ ਸਤਿਗੁਰੂ, ਸਾਡੀ ਬੇਨਤੀ ਸੁਣਨਾ ਕਰੋ। ਹਮ ਗਮ ਨੇ ਗੰਗਾ ਇਸ਼ਨਾਨ। ਅਸੀਂ ਗੰਗਾ ਤੇ ਹਰਿਦੁਆਰ ਵਿਖੇ ਗੰਗਾ ਤੀਰਥ ਤੇ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਇੱਕ ਵਾਰੀ ਗਏ ਸਾਰੇ ਮਿਲ ਕੇ। ਤਹਾਂ ਸਮਾਜ ਪੰਡਤਨ ਮਿਲਿਓ। ਉੱਥੇ ਸਾਨੂੰ ਪੰਡਤਾਂ ਦਾ ਭਾਵ ਵੱਡੇ ਵੱਡੇ ਵਿਦਵਾਨਾਂ ਦਾ, ਪੰਡਿਤ ਹੁੰਦਾ ਵਿਦਵਾਨ, ਵਿਦਵਾਨਾਂ ਦਾ ਸਾਰਾ ਸਮਾਜ ਸਾਨੂੰ ਉੱਥੇ ਮਿਲਿਆ। ਚੰਗੇ ਚੰਗੇ ਵਿਦਵਾਨ ਸਾਨੂੰ ਮਿਲੇ ਔਰ ਉਹਨਾਂ ਦੇ ਇਕੱਠ ਵਿੱਚ ਅਸੀਂ ਮਿਲ ਕੇ ਬੈਠਣਾ ਕੀਤਾ। ਏਵ ਪ੍ਰਸੰਗ ਸਭਨ ਮਹਿ ਚੱਲਿਓ। ਉੱਥੇ ਸਾਰਿਆਂ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਚੱਲਿਆ, ਆਪਸੀ ਗੱਲਬਾਤ ਉੱਥੇ ਪੰਡਤਾਂ ਦੇ ਵਿੱਚ ਸ਼ੁਰੂ ਹੋਈ ਇੱਕ ਦੂਸਰੇ ਦੇ ਨਾਲ। ਕਹਿਣ ਲੱਗੇ ਭੇਗਨ ਅਵਤਾਰ। ਸਾਰੇ ਕਹਿਣ ਲੱਗੇ ਇੱਕ ਦੂਜੇ ਨੂੰ, ਜਿੰਨੇ ਵਿਦਵਾਨ ਪੰਡਿਤ ਸਨ, ਕਿ ਇਸ ਧਰਤੀ ਤੇ ਜਿੰਨੇ ਵੀ ਗਨ ਸਮੂਹ ਅਵਤਾਰ ਹੋਏ ਐ, ਸੁਰ ਸਿੱਧ ਸਾਧਕ ਭਏ ਹਜ਼ਾਰ। ਸੁਰ ਦੇਵ ਤੇ ਸਿੱਧ ਸਿੱਧੀਆਂ ਵਾਲੇ ਸਾਧਕ, ਫਕੀਰ, ਦਰਵੇਸ਼ ਆਦਕ ਜਿੰਨੇ ਵੀ ਇਹ ਹੋਏ ਆ, ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਹਨ। ਭਏ ਅਸੰਖ ਸੋ ਕਹਿ ਪੁਰਾਣ। ਪੁਰਾਣ ਇਹ ਗੱਲ ਕਹਿੰਦੇ ਆ ਕਿ ਅਸੰਖਾਂ ਵਿੱਚ, ਅਸੰਖ ਸਾਧ ਸੰਗਤ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਭਾਵ ਅਸੰਖਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ, ਲੱਖਾਂ ਦੀ, ਕਰੋੜਾਂ ਦੀ ਗਿਣਤੀ ਦੇ ਵਿੱਚ ਪੰਡਿਤ ਇਹ ਜਿਹੜੇ ਪੁਰਾਣ ਹੈ ਇਹ ਗੱਲ ਆਖਦੇ ਆ ਕਿ ਇਸ ਧਰਤੀ ਤੇ ਐਡੇ ਐਡੇ ਮਹਾਨ ਪੁਰਸ਼ ਹੋਏ ਹਨ। ਸਭਨ ਕਰੇ ਗੁਰੂ ਸੁਖ ਦਾਨ। ਸਾਰਿਆਂ ਨੇ ਸੁਖਾਂ ਦਾ ਦਾਨ ਦੇਣ ਵਾਲਾ, ਹਰ ਇੱਕ ਨੇ ਆਪਣਾ ਆਪਣਾ ਗੁਰੂ ਬਣਾਇਆ, ਗੁਰੂ ਧਾਰਨ ਕੀਤਾ। ਭਾਵੇਂ ਕੋਈ ਅਵਤਾਰ ਹੋਇਆ, ਭਾਵੇਂ ਕੋਈ ਸਿੱਧ ਹੋਏ, ਭਾਵੇਂ ਕੋਈ ਦਰਵੇਸ਼ ਹੋਏ, ਭਾਵੇਂ ਕੋਈ ਦੇਵਤੇ ਵੀ ਹੋਏ ਹੈ, ਸਾਰਿਆਂ ਨੇ ਆਪੋ ਆਪਣੇ ਗੁਰੂ ਧਾਰਨ ਕੀਤੇ ਹਨ, ਗੁਰੂ ਬਣਾਇਆ ਹੈ ਕਿਸੇ ਨਾ ਕਿਸੇ ਨੂੰ। ਸ਼੍ਰੀ ਨਾਨਕ ਜਗ ਭਏ ਬਿਸਾਲਾ। ਫਿਰ ਪੰਡਿਤਾਂ ਨੇ ਅਗਲੀ ਗੱਲ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਜੀ, ਕਲਯੁਗ ਦੇ ਵਿੱਚ ਬਹੁਤ ਵੱਡੇ ਅਵਤਾਰ ਹੋਏ ਆ, ਜਿਨ੍ਹਾਂ ਦੀ ਬੜੀ ਮਹਿਮਾ ਹੈ ਪ੍ਰਿਥਵੀ ਉੱਤੇ। ਕਰਿਓ ਆਪਣੋ ਪੰਥ ਨਿਰਾਲਾ। ਐਸਾ ਨਿਰਾਲਾ ਵਿਲੱਖਣ ਸਿੱਖ ਪੰਥ ਉਹਨਾਂ ਨੇ ਇਸ ਧਰਤੀ ਤੇ ਆਪਣੇ ਵੱਲੋਂ ਸਾਜਿਆ ਮਾਰਿਆ, ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਐਸਾ ਪੰਥ ਚਲਾਇਆ ਹੈ। ਤਿੰਨ ਕੋ ਗੁਰੂ ਭਇਓ ਹੈ ਕੌਣ। ਉਹ ਸਾਡੇ ਵੱਲ ਵੇਖ ਕੇ ਨਾ ਉਹਨਾਂ ਨੇ ਸਵਾਲ ਕਰ ਦਿੱਤਾ, ਪ੍ਰਸ਼ਨ ਕਰ ਦਿੱਤਾ ਕਿ ਅਸੀਂ ਗੁਰੂ ਕੇ ਸਿੱਖ ਹਾਂ। ਉਹਨਾਂ ਨੇ ਸਾਨੂੰ ਸਵਾਲ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੋਇਆ, ਉਹਨਾਂ ਨੇ ਕਿਹਨੂੰ ਗੁਰੂ ਧਾਰਨ ਕੀਤਾ ਹੈ। ਜਿਹੇ ਉਪਦੇਸ਼ ਲਿਓ ਕਹੋ ਤਾਂ। ਜਿਨ੍ਹਾਂ ਨੇ ਕਿਸ ਗੁਰੂ ਕੋਲੋਂ ਉਪਦੇਸ਼ ਲੈਣਾ ਕੀਤਾ, ਕਿਸ ਗੁਰੂ ਦੇ ਉਚੇਲੇ ਸੇਵਕ ਬਣੇ,
ਜਿਸ ਤੋਂ ਉਹਨਾਂ ਨੇ ਉਪਦੇਸ਼ ਲੈਣਾ ਕੀਤਾ ਹੈ। ਜਗ ਮੈਂ ਪ੍ਰਗਟ ਭਏ ਅਵਤਾਰ। ਉਹ ਸੰਸਾਰ ਵਿੱਚ ਸ਼ਕਤੀਆਂ ਕਰਕੇ ਵੀ ਬੜੇ ਪ੍ਰਤੱਖ ਜਾਰੇ ਅਵਤਾਰ ਹੋਏ। ਭਾਈ ਗੁਰਦਾਸ ਜੀ ਨੇ ਕਿਹਾ, ਜਾਹਰ ਪੀਰ ਜਗਤ ਗੁਰ ਬਾਬਾ, ਮੁਸਲਮਾਨਾਂ ਲਈ ਜਾਰੇ ਪੀਰ ਔਰ ਦੂਸਰਿਆਂ ਲਈ ਜਗਤ ਦੇ ਗੁਰੂ ਬਾਬਾ ਜੀ ਪ੍ਰਤੱਖ ਹੋਏ। ਇਸ ਕਰਕੇ ਉਹ ਪ੍ਰਤੱਖ ਪ੍ਰਗਟ ਅਵਤਾਰ ਹੋਏ ਐ ਸੰਸਾਰ ਦੇ ਬੜੇ ਭਾਰੀ। ਤਿੰਨ ਕੇ ਮਤ ਮੈਂ ਲੋਕ ਅਪਾਰ। ਉਹਨਾਂ ਦੇ ਮਤ ਵਿੱਚ, ਸਿਧਾਂਤ ਵਿੱਚ ਅਣਗਿਣਤ ਲੋਕ ਉਹਨਾਂ ਦੇ ਅਨੁਯਾਈ, ਉਹਨਾਂ ਨੂੰ ਮੰਨਣ ਵਾਲੇ ਹੈ, ਉਹਨਾਂ ਦੇ ਧਰਮ ਦੇ ਧਾਰਨੀ ਹਨ ਗੁਰਸਿੱਖੀ ਮਾਰਗ ਦੇ। ਸਭ ਪੰਡਿਤ ਤੇ ਸੁਣ ਕਰ ਕਾਨ। ਸਾਰਿਆਂ ਪੰਡਿਤਾਂ ਤੋਂ ਇਹ ਗੱਲ ਜਦੋਂ ਅਸੀਂ ਆਪਣੇ ਕੰਨਾਂ ਵਿੱਚ ਸੁਣੀ ਔਰ ਉਹਨਾਂ ਨੇ ਸਾਡੇ ਤੇ ਸਵਾਲ ਕਰ ਦਿੱਤਾ, ਤਨਜ ਕਸਤੀ ਸਾਡੇ ਉੱਤੇ। ਹਮ ਸਿੱਖਨ ਤਬ ਕੀਨ ਬਖਾਨ। ਅਸੀਂ ਸਾਰੇ ਪੰਜੇ ਛੇ ਸਿੱਖਾਂ ਨੇ ਮਿਲ ਕੇ ਉਹਨਾਂ ਨੂੰ ਕਿਹਾ, ਇਹ ਸੁਧ ਨਾ ਕਿਸ ਕੋ ਹਮ ਮਾਹੀ। ਕਹਿਣ ਲੱਗੇ, ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਗੱਲ ਦੀ ਗਿਆਤ ਨਹੀਂ, ਸੋਝੀ ਨੀ, ਪਤਾ ਨਹੀਂ ਹੈ। ਸਤਿਗੁਰ ਕਰਿਓ ਗੁਰੂ ਕੈ ਨਾਹੀ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਗੁਰੂ ਬਣਾਇਆ ਵੀ ਹੈ ਕਿ ਨਹੀਂ ਬਣਾਇਆ, ਇਸ ਗੱਲ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਯਥਾਰਥ ਉਹਨਾਂ ਨੂੰ ਇਹ ਗੱਲ ਦਾ ਉੱਤਰ ਦਿੱਤਾ। ਆਪ ਗੁਰੇ ਅਰਜਨ ਹੈ ਤਿਸ ਗਾਦੀ। ਅਸੀਂ ਦੱਸਿਆ ਕਿ ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਪੰਜਵੀਂ ਜੋਤ, ਪੰਜਵਾਂ ਸਰੂਪ ਗੁਰਤਾ ਗੱਦੀ ਉੱਤੇ ਸੰਭਾਏਮਾਨ ਹਨ। ਜਹ ਕਹਿ ਸਿੱਖੀ ਕੀਨ ਆਬਾਦੀ। ਜਿੱਥੇ ਕਿੱਥੇ ਉਹਨਾਂ ਨੇ ਸਿੱਖੀ ਨੂੰ ਪ੍ਰਫੁੱਲਤ ਕੀਤਾ ਹੈ, ਆਬਾਦ ਕੀਤਾ ਦੁਨੀਆਂ ਦੇ ਕੋਨੇ ਕੋਨੇ ਵਿੱਚ। ਤਿੰਨ ਤੇ ਸੁਣ ਕਰ ਨੀਕੇ ਨਿਰਣੈ। ਇਹ ਗੱਲ ਦਾ ਉਹਨਾਂ ਕੋਲੋਂ ਅਸੀਂ ਨਿਰਣਾ ਕਰਾਂਗੇ, ਪਤਾ ਕਰਾਂਗੇ ਚੰਗੀ ਤਰ੍ਹਾਂ ਜਾ ਕੇ। ਪੁੰਨ ਸਮੀਪ ਤੁਮਰੇ ਹਮ ਬਰਨ। ਤੁਹਾਨੂੰ ਆ ਕੇ ਦੱਸਾਂਗੇ ਦੁਬਾਰਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਨੂੰ ਗੁਰੂ ਧਾਰਨ ਕੀਤਾ ਸੀ। ਸ੍ਰੀ ਮੁਖ ਤੇ ਸ਼ੁਭ ਵਾਕ ਉਚਾਰਾ। ਉਸ ਵਕਤ ਜਦੋਂ ਸਿੱਖਾਂ ਨੇ ਇਹ ਸਤਿਗੁਰੂ ਜੀ ਤੋਂ ਪੁੱਛਿਆ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਵਕਤ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਿਆ, ਉੱਤਰ ਦਿੱਤਾ ਹੈ। ਸ਼੍ਰੀ ਨਾਨਕ ਗੁਰ ਏਕੰਕਾਰਾ। ਭਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸੀ। ਗੁਰਬਾਣੀ ਵਿੱਚ ਵੀ ਉੱਤਰ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਆਪਾਂ 550 ਸਾਲਾ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਨਾਉਣ ਜਾ ਰਹੇ ਹਾਂ। 12 ਨਵੰਬਰ ਨੂੰ ਸਤਿਗੁਰੂ ਜੀ ਦਾ 550 ਸਾਲਾ ਪ੍ਰਕਾਸ਼ ਅਵਤਾਰ ਗੁਰਪੁਰਬ ਆ ਰਿਹਾ ਹੈ। ਜਦੋਂ ਸਤਿਗੁਰੂ ਜੀ ਨੇ ਉੱਥੇ 14 ਸਾਲ ਤੋਂ ਉੱਤੇ ਅਰਸਾ ਸਤਿਗੁਰੂ ਜੀ ਉੱਥੇ ਬਰਾਜੇ ਹੈ ਔਰ 13 ਸਾਲ ਲਗਾਤਾਰ ਮੋਦੀ ਖਾਨੇ ਦੀ ਕਾਰ ਕੀਤੀ, ਬੇਈ ਨਦੀ ਦੁਆਰਾ ਚੁੱਪਾ ਮਾਰਿਆ, ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਦੇ ਸਨਮੁਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਜ਼ਰ ਹੋਏ। ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋ ਵਾਰਤਾਲਾਪ ਗੁਰੂ ਸਾਹਿਬ ਜੀ ਦਾ ਹੋਇਆ ਉਹ ਸਾਡੀਆਂ ਜਨਮ ਸਾਖੀਆਂ ਵਿੱਚ ਔਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ
ਬੜਾ ਸੁੰਦਰ ਵਾਰਤਾਲਾਪ ਜ਼ਿਕਰ ਹੋਇਆ ਸਾਨੂੰ ਪ੍ਰਾਪਤ ਹੁੰਦਾ ਹੈ। ਉਹ ਸਮੇਂ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਹਾਨੂੰ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ, ਸ੍ਰਿਸ਼ਟੀ ਨੂੰ ਤਾਰਨ ਵਾਸਤੇ, ਤਪਦੀ ਸੜਦੀ ਬਲਦੀ ਲੋਕਾਈ ਦਾ ਉਧਾਰ ਕਰਨ ਵਾਸਤੇ ਭੇਜਿਆ ਸੀ। ਤੁਸੀਂ ਅਜੇ ਤੱਕ ਸ੍ਰਿਸ਼ਟੀ ਦੇ ਉਧਾਰ ਦਾ ਕਾਰਜ ਕਿਉਂ ਨਹੀਂ ਆਰੰਭ ਕੀਤਾ? ਇਹ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਵਾਰਤਾਲਾਪ ਕੀਤਾ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਅੱਗੋਂ ਉੱਤਰ ਦਿੱਤਾ, ਸੱਚੇ ਪਾਤਸ਼ਾਹ, ਮਾਤ ਲੋਕ ਦੀ ਮਰਯਾਦਾ ਹੈ, ਜਿੰਨਾ ਚਿਰ ਬੰਦਾ ਗੁਰੂ ਨਹੀਂ ਧਾਰਨ ਕਰਦਾ ਉਹ ਅੱਗੇ ਉਪਦੇਸ਼ ਨਹੀਂ ਦੇ ਸਕਦਾ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਤੁਹਾਨੂੰ ਗੁਰੂ ਧਾਰਨ ਕਰਨ ਦੀ ਮਰਯਾਦਾ ਪੂਰੀ ਕਰਨ ਵਾਸਤੇ ਆਏ ਹਾਂ। ਫਿਰ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੂਲ ਮੰਤਰ ਬਖਸ਼ਿਆ ਔਰ ਵਾਹਿਗੁਰੂ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਔਰ ਉਦੋਂ ਇਹ ਬਚਨ ਨਿਰੰਕਾਰ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਹੇ, ਸਾਡਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੁਹਾਡਾ ਨਾਮ ਅੱਜ ਤੋਂ ਗੁਰ ਪਰਮੇਸ਼ਰ। ਤੁਸੀਂ ਮਾਤ ਲੋਕ ਤੇ ਗੁਰ ਪਰਮੇਸ਼ਰ ਰੂਪ ਹੋ ਕੇ ਜੀਵਾਂ ਦਾ ਉਧਾਰ ਕਰੋਗੇ। ਸਾਧ ਸੰਗਤ ਜੀ, ਜੋ ਨਾਮ ਮੇਰੇ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦੇ ਦਰ ਤੋਂ ਪ੍ਰਾਪਤ ਹੋਇਆ, ਮੂਲ ਮੰਤਰ ਪ੍ਰਾਪਤ ਹੋਇਆ, ਵਾਹਿਗੁਰੂ ਮੰਤਰ ਮਿਲਿਆ, ਮੂਲ ਮੰਤਰ ਇੱਕੋ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਅਤੇ ਵਾਹਿਗੁਰੂ ਮੰਤਰ, ਇਹ ਨਾਮ ਸਾਡੀ ਝੋਲੀ ਵਿੱਚ ਪਾਇਆ ਔਰ ਇਹ ਨਾਮ ਜਪਿਆ ਤਦ ਹੀ ਫਲੀ ਭੂਤ ਹੁੰਦਾ ਜੇ ਸਤਿਗੁਰੂ ਜੀ ਵੱਲੋਂ ਚਲਾਈ ਮਰਿਆਦਾ ਅਨੁਸਾਰ ਇਹ ਨਾਮ ਲਿਆ ਜਾਏ। ਨੌ ਪਾਤਸ਼ਾਹੀਆਂ ਤਾਂ ਗੁਰੂ ਸਾਹਿਬਾਨ ਇਸ ਨਾਮ ਦੀ ਦਾਤ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਖਸ਼ਿਸ਼ ਕਰਦੇ ਰਹੇ। ਫਿਰ ਦਸਮ ਪਿਤਾ ਜੀ ਨੇ ਪੰਜ ਪਿਆਰਿਆਂ ਨੂੰ ਸਾਜ ਕੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਉਦੋਂ ਆਗਿਆ ਕੀਤੀ ਕਿ ਅੱਜ ਤੋਂ ਭਾਈ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਦਾ ਅੰਮ੍ਰਿਤ ਤਿਆਰ ਕਰਨਗੇ ਔਰ ਅੰਮ੍ਰਿਤ ਛਕਾ ਕੇ ਇਹ ਨਾਮ ਮੂਲ ਮੰਤਰ ਵਾਹਿਗੁਰੂ ਮੰਤਰ ਜਿਹੜਾ ਨਾਮ ਹੈ ਨਾ, ਨਾਮ ਦੀ ਦਾਤ ਕਿਵੇਂ ਦੇਣੀ ਹੈ, ਇਹ ਅਧਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਨੂੰ ਦੇ ਦਿੱਤਾ ਕਿ ਤੁਸੀਂ ਇਹ ਨਾਮ ਦੀ ਦਾਤ ਅੰਮ੍ਰਿਤ ਛਕਾ ਕੇ ਗੁਰਸਿੱਖ ਮਾਈਆਂ ਭਾਈਆਂ ਨੂੰ ਬਖਸ਼ਿਸ਼ ਕਰਨੀ ਹੈ। ਇਹ ਨਾਮ ਦੇਣ ਦੀ ਮਰਿਆਦਾ ਔਰ ਵਿਧੀ ਹੈ, ਇਹ ਨਾਮ ਦੇਣ ਦੀ ਸਤਿਗੁਰੂ ਜੀ ਨੇ ਮਰਿਆਦਾ ਦ੍ਰਿੜ ਕਰਾ ਦਿੱਤੀ ਸਾਡੇ ਲਈ। ਪੰਜ ਪਿਆਰੇ ਸਾਨੂੰ ਨਾਮ ਦੇ ਸਕਦੇ ਹੈ, ਕੱਲਾ ਦਕੱਲਾ ਨਾਮ ਨਹੀਂ ਦੇ ਸਕਦਾ। ਹਾਂ, ਕਿਸੇ ਦੇ ਭਲੇ ਲਈ, ਕੋਈ ਗੁਰਮੁਖ ਗੁਰਸਿੱਖ, ਕੋਈ ਮਹਾਂਪੁਰਖ ਕਿਸੇ ਜੀਵ ਨੂੰ ਇਹ ਗੱਲ ਜ਼ਰੂਰ ਕਹਿ ਸਕਦੇ ਹੈ ਕਿ ਭਾਈ ਜੇ ਤੈਨੂੰ ਕੋਈ ਦੁੱਖ ਤਕਲੀਫ ਹੈ ਤੂੰ ਬਾਣੀ ਪੜ੍ਹਿਆ ਕਰ, ਸੇਵਾ ਕਰਿਆ ਕਰ ਔਰ ਸਤਿਗੁਰਾਂ ਦੀ ਗੁਰਬਾਣੀ ਦੇ ਸਹਿਜ ਪਾਠ ਕਰਾ, ਅਖੰਡ ਪਾਠ ਕਰਾ, ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕਰ ਲੈ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖਾਂ ਗੁਰਸਿੱਖਾਂ ਉੱਤੇ ਕਿਰਪਾ ਕੀਤੀ ਹੋਈ ਹੈ, ਪਰ ਨਾਮ ਨਹੀਂ ਕੋਈ ਦੇ ਸਕਦਾ। ਨਾਮ ਪੰਜ ਪਿਆਰੇ ਹੀ ਬਖਸ਼ ਸਕਦੇ ਆ ਅੰਮ੍ਰਿਤ ਛਕਾ ਕੇ।
ਨਾਮ ਦੇਣ ਦਾ ਕਿਸੇ ਵੀ ਮਹਾਤਮਾ ਨੂੰ ਵੀ ਇਹ ਅਧਿਕਾਰ ਨਹੀਂ, ਭਾਵੇਂ ਕਿੱਡੇ ਤੋਂ ਵੱਡਾ ਵੀ ਕੋਈ ਹੋਵੇ, ਨਾਮ ਨਹੀਂ ਮਹਾਤਮਾ ਦੇ ਸਕਦਾ। ਗੁਰੂ ਘਰ ਵਿੱਚ ਨਾਮ ਪੰਜ ਪਿਆਰੇ ਹੀ ਬਖਸ਼ ਸਕਦੇ ਹੈ। ਹਾਂ, ਨਾਮ ਜਪਣ ਵਾਸਤੇ, ਗੁਰਬਾਣੀ ਦੀ ਕਮਾਈ ਕਰਨ ਵਾਸਤੇ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨ ਵਿੱਚ ਕੋਈ ਮਹਾਂਪੁਰਖ, ਕੋਈ ਗੁਰਮੁਖ, ਕੋਈ ਗੁਰਸਿੱਖ, ਕੋਈ ਭਲੇ ਪੁਰਸ਼ ਇਹ ਸੇਵਾ ਕਰ ਸਕਦੇ ਹੈ। ਸੇਵਾਦਾਰ ਬਣ ਕੇ ਸੇਵਾ ਕਰਨੀ, ਗੁਰੂ ਦਾ ਰੁਤਬਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਹੈ। ਗੁਰੂ ਨਹੀਂ ਬਣਨਾ ਕਦੇ ਵੀ, ਗੁਰੂ ਬਣਨਾ ਪਾਪ ਹੈ। ਗੁਰੂ ਦੀ ਪਦਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਹੈ। ਔਰ ਜਿਹੜੇ ਭਾਈ ਇਹ ਸੇਵਾ ਕਰਦੇ ਹੈ, ਉਹਨਾਂ ਗੁਰਮੁਖਾਂ ਦਾ, ਗੁਰਸਿੱਖਾਂ ਦਾ, ਮਹਾਤਮਾ ਦਾ ਗੁਰੂ ਘਰ ਵਿੱਚ ਸਨਮਾਨ ਹੈ। ਇਹ ਪਦਵੀਆਂ ਗੁਰੂ ਸਾਹਿਬ ਨੇ ਵੀ ਦਿੱਤੀਆਂ। ਧੰਨ ਗੁਰੂ ਅੰਗਦ ਦੇਵ ਜੀ ਨੇ 22 ਧੰਨ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਗੁਰਸਿੱਖਾਂ ਨੂੰ ਦਿੱਤੀਆਂ, 72 ਪੀੜੇ ਦਿੱਤੇ, ਉਹਨਾਂ ਨੂੰ ਆਗਿਆ ਦਿੱਤੀ ਕਿ ਜਾਓ ਭਾਈ ਤੁਸੀਂ ਸੰਸਾਰ ਵਿੱਚ, ਆਪ ਗੁਰਸਿੱਖ ਨਾਮ ਜਪਦਾ, ਦੂਜਿਆਂ ਨੂੰ ਜਪਾਉਂਦਾ। ਜਪਾਉਣ ਦੀ ਤੁਹਾਨੂੰ ਡਿਊਟੀ ਦਿੱਤੀ ਜਾਂਦੀ ਹੈ, ਪਰ ਨਾਮ ਗੁਰੂ ਹੀ ਦਿੰਦੇ ਆ ਜਾਂ ਪੰਜ ਪਿਆਰੇ। ਹੁਣ ਇਸ ਵਰਤਮਾਨ ਸਮੇਂ 'ਚ ਸਾਨੂੰ ਨਾਮ ਦੀ ਦਾਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚੋਂ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਇਸ ਗੱਲ ਦਾ ਬਹੁਤ ਖਿਆਲ ਰੱਖਣਾ, ਕਦੇ ਵੀ ਜੇ ਕੋਈ ਉੱਠ ਕੇ ਨਾਮ ਦੇਣ ਲੱਗ ਪਵੇ ਨਾ, ਇਹ ਗੁਰੂ ਦੀ ਬੇਅਦਬੀ ਹੈ, ਇਸ ਦਾ ਅਪਰਾਧ ਸਿਰ 'ਤੇ ਪੈਂਦਾ। ਜਿਹੜਾ ਵੀ ਇਹ ਸਾਧ ਸੰਗਤੀ ਜੀਵਨ ਵਿੱਚ ਕੋਈ ਐਸੀ ਅਵੱਗਿਆ ਕਰ ਲਵੇ, ਕਈਆਂ ਦਾ ਸੁਭਾਅ ਹੁੰਦਾ ਉੱਠ ਕੇ ਨਾਮ ਦੇਣ ਤੁਰ ਪੈਂਦੇ ਆ ਕਿ ਅਸੀਂ ਨਾਮ ਦੰਨੇ, ਆਓ ਸਾਡੇ ਕੋਲੋਂ ਲੈ ਲਓ ਨਾਮ। ਗੁਰੂ ਘਰ 'ਚ ਇਹ ਅਧਿਕਾਰ ਕਿਸੇ ਇਕੱਲੇ ਵਿਅਕਤੀ ਕੋਲ ਨਹੀਂ ਹੈ, ਇਹ ਅਧਿਕਾਰ ਭਾਈ ਪੰਜ ਪਿਆਰਿਆਂ ਕੋਲ, ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੈ। ਜਿਹੜੇ ਪੰਜ ਪਿਆਰੇ ਵੀ ਐਨ ਰਹਿਤਵਾਨ ਹੋਣ, ਤਿਆਰ ਪ੍ਰਤਿਆਰ ਬਾਣੀ ਬਾਣੇ ਦੇ ਧਾਰਨੀ ਪ੍ਰਪੱਕ ਗੁਰਸਿੱਖ, ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਵਿੱਚ ਲੱਗਣ ਦਾ ਅਧਿਕਾਰ ਹੈ, ਐਵੇਂ ਉੱਠ ਕੇ ਪੰਜ ਪਿਆਰੇ ਬਣ ਜਾਣਾ ਉਹ ਵੀ ਠੀਕ ਨਹੀਂ। ਐਨ ਬਾਣੀ ਬਾਣੇ ਵਿੱਚ ਪ੍ਰਪੱਕ ਹੋਵੇ ਜਿਹੜਾ ਗੁਰਸਿੱਖ ਪੰਜਾਂ ਪਿਆਰਿਆਂ ਵਿੱਚ ਲੱਗੇ, ਉਹ ਇਹ ਸੇਵਾ ਨਿਭਾ ਸਕਦਾ ਹੈ। ਔਰ ਉਹਨਾਂ ਚਿਰ ਹੀ ਉਹਨਾਂ ਨੂੰ ਪੰਜ ਪਿਆਰਿਆਂ ਦਾ ਰੁਤਬਾ ਹਾਸਲ ਹੈ ਜਿੰਨਾ ਚਿਰ ਉਹ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਹੈ। ਜੇ ਉਹ ਬਾਹਰ ਆ ਕੇ ਕਹਿਣ ਅਸੀਂ ਤੁਹਾਡੇ ਗੁਰੂ ਹੈ, ਤੁਹਾਨੂੰ ਅਸੀਂ ਨਾਮ ਦਿੱਤਾ, ਫਿਰ ਉਹ ਵੀ ਮਨਮਤ ਕਰ ਰਹੇ ਹੈ। ਉਹਨਾਂ ਨੂੰ ਇਹ ਸੰਸਕਾਰ ਤੋਂ ਬਾਹਰ ਜਾ ਕੇ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਨਾਮ ਦੇ ਦੇਣਗੇ। ਉਹ ਕੇਵਲ ਉਹਨਾਂ ਚਿਰ ਹੀ ਇਹ ਡਿਊਟੀ ਹੈ, ਉਹਨਾਂ ਦੀ ਇਹ ਸੇਵਾ ਹੈ, ਜ਼ਿੰਮੇਵਾਰੀ ਹੈ ਕਿ ਜਿੰਨਾ ਚਿਰ ਉਹ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਹੈ। ਨਹੀਂ ਤਾਂ ਤੁਹਾਨੂੰ ਬਾਹਰ ਜਾ ਕੇ ਪੰਜ ਖੜ੍ਹੇ ਹੋ ਕੇ ਜਿੱਥੇ ਮਰਜ਼ੀ ਘੇਰ ਲੈਣ, ਕਈ ਵਾਰੀ ਘੇਰਨ ਲੱਗ ਪੈਂਦੇ ਹੈ। ਅਸੀਂ ਪੰਜ ਪਿਆਰੇ ਹਾਂ, ਤੁਹਾਨੂੰ ਹੁਕਮ ਕਰਤਾ, ਇਹ ਮਰਜ਼ਾਦਾ ਨਹੀਂ ਹੈ, ਸਿਰਫ ਡਿਊਟੀ ਹੈ, ਇਹ ਸੇਵਾ ਹੈ। ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਹੈ, ਉਹ ਵੀ ਅੰਮ੍ਰਿਤ ਸੰਚਾਰ ਦੇ ਵਕਤ ਹੀ ਹੈ। ਉਸ ਤੋਂ ਬਾਅਦ ਜਿਵੇਂ ਹੋਰ ਗੁਰਸਿੱਖ ਹੈ, ਉਹ ਵੀ ਗੁਰਮੁਖ ਹੈ, ਗੁਰਸਿੱਖ ਹੈ, ਉਹਨਾਂ ਦਾ ਗੁਰਮੁਖ ਗੁਰਸਿੱਖ ਜਾਣ ਕੇ ਸਤਿਕਾਰ ਕਰਨਾ, ਸਨਮਾਨ ਕਰਨਾ, ਉਹ ਸਾਡਾ ਫਰਜ਼ ਹੈ, ਉਹ ਅਸੀਂ ਕਰਦੇ ਵੀ ਹਾਂ। ਇਸ ਗੱਲ ਦਾ ਵੀ ਭਾਈ ਆਪਾਂ ਬਹੁਤ ਖਿਆਲ ਰੱਖਣਾ ਹੈ। ਤੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ
ਨਿਰੰਕਾਰ ਦੀ ਦਰਗਾਹ ਵਿੱਚੋਂ ਇਹ ਨਾਮ ਲੈ ਕੇ ਆਏ ਤੋ ਇਸ ਲਈ ਸ਼੍ਰੀ ਮੁਖ ਤੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਨ। ਸੁਰ ਨਰ ਕੀ ਗਮਤਾ ਨਹ ਜਹਾਂ, ਪਰ ਸੱਚਖੰਡ ਵਿੱਚ ਵੱਡੇ ਵੱਡੇ ਅਵਤਾਰ ਹੋਏ, ਸੱਚਖੰਡ ਵਿੱਚ ਕਿਸੇ ਦੀ ਗਮਤਾ ਨਹੀਂ ਹੋਈ। ਗਮਤਾ ਨਾਮ ਹੁੰਦਾ ਪਹੁੰਚਦਾ, ਨਾ ਉੱਥੇ ਕੋਈ ਦੇਵਤਾ ਹੀ ਪਹੁੰਚ ਸਕਿਆ, ਨਾ ਕੋਈ ਮਨੁੱਖ ਹੀ ਪਹੁੰਚ ਸਕਿਆ। ਸੱਚਖੰਡ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਕਹੇ। ਸਾਰੇ ਅਵਤਾਰ ਪੂਜਨੀਕ ਹੈ, ਸਾਰੇ ਪੈਗੰਬਰ ਪੂਜਨੀਕ ਹੈ। ਭਗਵਾਨ ਵਿਸ਼ਨੂੰ ਜੀ ਹੋਏ, ਬ੍ਰਹਮਾ ਜੀ ਹੋਏ, ਸ਼ਿਵ ਜੀ ਹੋਏ, ਇਸੇ ਤਰ੍ਹਾਂ ਪੈਗੰਬਰ ਹੋਏ, ਈਸਾ ਹੋਏ, ਮੂਸਾ ਹੋਏ, ਮੁਹੰਮਦ ਸਾਹਿਬ ਹੋਏ, ਵੱਡੇ ਵੱਡੇ ਮੁਨੀ, ਰਿਸ਼ੀ ਮੁਨੀ, ਦੇਵਤੇ ਹੋਏ, ਸਾਰੇ ਸਤਿਕਾਰਯੋਗ ਹਨ। ਗੁਰੂ ਘਰ ਵਿੱਚ ਕਿਸੇ ਦਾ ਵੀ ਨਿਰਾਦਰ ਨਹੀਂ ਹੋ ਸਕਦਾ। ਸਭ ਨੂੰ ਹੀ ਇੱਕ ਦਵੈਤ ਦ੍ਰਿਸ਼ਟੀ ਨਾਲ ਸਭ ਦਾ ਹੀ ਸਨਮਾਨ ਹੈ। ਪਰ ਸੰਗਤ ਜੀ, ਸੱਚਖੰਡ ਵਿੱਚ ਨਹੀਂ ਕੋਈ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਪਹੁੰਚ ਸਕਿਆ, ਪੜ੍ਹ ਸਕਿਆ। ਸੱਚਖੰਡ ਵਿੱਚ ਗੁਰੂ ਨਾਨਕ ਸਾਹਿਬ ਹੀ ਗਏ ਹੈ ਔਰ ਅਕਾਲ ਪੁਰਖ ਜੀ ਨਾਲ ਵਾਰਤਾਲਾਪ ਹੋਇਆ। ਜਪਜੀ ਸਾਹਿਬ ਸਾਰਾ ਸੋਦਰ ਦੀ ਪੌੜੀ ਵਿੱਚ ਇਹ ਨਿਰਣਾ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ। ਇਹ ਸਾਰਾ ਸੱਚਖੰਡ ਦਾ ਹੀ ਵਰਣਨ ਹੈ, ਸੋਦਰ ਰਹਿਰਾਜ ਸਾਹਿਬ ਦੇ ਵਿੱਚ ਵੀ। ਇਸ ਕਰਕੇ ਮਹਾਰਾਜ ਵੀ ਇੱਥੇ ਕਹਿ ਰਹੇ ਹੈ ਕਿ ਉੱਥੇ ਕਿਸੇ ਵੱਡੇ ਵੱਡੇ ਦੇਵਤੇ ਦੀ ਵੀ, ਵੱਡੇ ਵੱਡੇ ਨਰਾਂ ਵਿੱਚੋਂ ਉੱਤਮ ਵੱਡੇ ਵੱਡੇ ਸਿੱਧ ਦੁਨੀਆਂ ਵਿੱਚ ਐਡੇ ਐਡੇ ਸ਼ਕਤੀਸ਼ਾਲੀ ਹੋਏ, ਜਿਹੜੇ ਸਾਧ ਸੰਗਤ ਜੀ ਪੰਛੀ ਵਰਗਾ ਸਰੀਰ ਬਣਾ ਕੇ ਜਿਨ੍ਹਾਂ ਨੇ ਸਾਰੀ ਦੁਨੀਆਂ ਦਾ ਇੱਕ ਛਿਨ ਵਿੱਚ ਭਰਮਣ ਕਰ ਲਿਆ, ਪਰ ਸੱਚਖੰਡ ਵਿੱਚ ਉਹ ਵੀ ਨਹੀਂ ਪਹੁੰਚ ਸਕੇ। ਵੱਡੇ ਤੋਂ ਵੱਡੇ ਦੇਵਤਿਆਂ ਦੀ ਵੀ, ਵੱਡੇ ਤੋਂ ਵੱਡੇ ਸ਼ਕਤੀਸ਼ਾਲੀ ਮਨੁੱਖਾਂ ਦੀ ਕਿਸੇ ਦੀ ਪਹੁੰਚ ਨਹੀਂ ਉੱਥੇ ਸੱਚਖੰਡ ਵਿੱਚ। ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਹੈ ਸਭ ਤੋਂ ਪਹਿਲਾਂ। ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਗੁਰਸਿੱਖਾਂ ਲਈ ਸੱਚਖੰਡ ਵਿੱਚ ਜਾਣ ਦਾ ਰਾਹ ਖੋਲ੍ਹਤਾ ਗੁਰਬਾਣੀ ਦੁਆਰਾ। ਜਿਨ੍ਹਾਂ ਨੇ ਨਾਮ ਕਮਾਇਆ, ਗੁਰਸਿੱਖੀ ਕਮਾਈ, ਉਹ ਭਾਈ ਫਿਰ ਸੱਚਖੰਡ ਦੇ ਵਾਸੀ ਬਣ ਗਏ। ਅਵਸਥਾ ਵੀ ਸੱਚਖੰਡੀ ਇੱਥੇ ਗੁਰਸਿੱਖਾਂ ਨੂੰ ਦੇ ਦਿੱਤੀ। ਜਪਜੀ ਸਾਹਿਬ ਵਿੱਚ ਪੰਜ ਪੌੜੀਆਂ ਹਨ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਰਮ ਖੰਡ, ਸੱਚਖੰਡ। ਇਹ ਮੰਜ਼ਲਾਂ ਹਨ ਜੀਵਨ ਦੇ ਵਿੱਚ ਅਭਿਆਸੀਆਂ ਨੂੰ, ਕਮਾਈ ਵਾਲਿਆਂ ਨੂੰ, ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ ਸੱਚੇ ਪਾਤਸ਼ਾਹ, ਉਹਨਾਂ ਨੂੰ ਇਹ ਮੰਜ਼ਲ ਵੀ ਬਖਸ਼ ਕੇ ਸੱਚਖੰਡੀ ਬਣਾ ਦਿੰਦੇ ਹੈ। ਔਰ ਉਹ ਗੁਰਮੁਖ ਸੱਚਖੰਡ ਦੇ ਵਿੱਚ ਸਾਧ ਸੰਗਤ ਜੀ ਪੰਜਾਂ ਤੱਤਾਂ ਦੇ ਸਰੀਰ ਦੇ ਹੁੰਦਿਆਂ ਵੀ ਸੱਚਖੰਡ ਦੇ ਵਿੱਚ ਜਾ ਕੇ ਉਹ ਹਾਜ਼ਰੀ ਭਰ ਸਕਦੇ ਹੈ। ਸਾਈਂ ਮੀਆਂ ਮੀਰ ਉੱਤੇ ਸਵਾਲ ਕੀਤਾ ਸੀ ਨਾ ਉਹਨਾਂ ਦੇ ਮਰੀਦਾਂ ਨੇ, ਕਹਿਣ ਲੱਗੇ ਸਾਈਂ ਜੀ ਤੁਹਾਨੂੰ ਮੁਸਲਮਾਨ ਆਪਣਾ ਸਭ ਤੋਂ ਵੱਡਾ ਪੀਰ ਜਾਣ ਕੇ ਤੁਹਾਡੇ ਕਦਮ ਬੋਸੀ ਚਰਨਾਂ ਨੂੰ ਚੁੰਮਦੇ ਹੈ, ਪੂਜਦੇ ਹੈ, ਤੁਸੀਂ ਇੱਕ ਹਿੰਦੂਆਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਤੋਂ ਉਤਰਨ ਲੱਗਿਆਂ ਰਕਾਬ ਵਿੱਚੋਂ ਚਰਨ ਕੱਢ ਕੇ ਆਪਣਾ ਮੱਥਾ ਉਹਨਾਂ ਦੇ ਚਰਨਾਂ 'ਤੇ ਰੱਖਦੇ ਹੋ। ਇਸਲਾਮ ਧਰਮ ਦਾ ਇਹ ਨਿਯਮ ਹੈ, ਅਸੂਲ ਹੈ, ਸਿਧਾਂਤ ਹੈ
ਕਿ ਖੁਦਾ ਤੋਂ ਬਿਨਾਂ ਕਿਸੇ ਵਿਅਕਤੀ ਅੱਗੇ ਸਿੱਜਦਾ ਨਹੀਂ ਕਰਨਾ ਅਤੇ ਤੁਸੀਂ ਤਾਂ ਬਹੁਤ ਵੱਡੀ ਬੇਅਦਬੀ ਕਰਦੇ ਹੋ, ਇੱਕ ਹਿੰਦੂਆਂ ਦੇ ਅਵਤਾਰ ਦੇ ਕਦਮਾਂ 'ਤੇ ਸਿੱਜਦਾ ਕਰਦੇ ਹੋ ਖੁਦਾ ਨੂੰ ਛੱਡ ਕੇ। ਉਦੋਂ ਫਿਰ ਸਾਈਂ ਮੀਆਂ ਮੀਰ ਨੇ ਆਖਿਆ ਸੀ ਕਿ ਮੈਂ ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚੋਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਬੇਨਤੀ ਕਰਕੇ ਮੈਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ, ਕਾਮਲ ਫਕੀਰੀ ਦਾ ਦਰਜਾ ਪ੍ਰਾਪਤ ਹੋਇਆ, ਮਾਰਫਤ ਦੀ ਮੰਜ਼ਿਲ ਜਿਹੜੀ ਗਿਆਨ ਦੀ ਅਵਸਥਾ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ, ਇਹ ਅਵਸਥਾ ਮੈਨੂੰ ਉਹਨਾਂ ਨੇ ਬਖਸ਼ਿਸ਼ ਕੀਤੀ ਜਦੋਂ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ। ਹੁਣ ਜਦੋਂ ਮੈਂ ਚੌਂਕੜਾ ਮਾਰ ਕੇ ਸਿਮਰਨ ਵਿੱਚ ਬੈਠ ਕੇ ਧਿਆਨ ਵਿੱਚ ਆਪਣੀ ਸੁਰਤ ਨੂੰ ਖੁਦਾ ਦੇ ਚਰਨਾਂ ਵਿੱਚ ਜੋੜ ਕੇ ਸੱਚਖੰਡ ਵਿੱਚ ਮੈਂ ਜਾਂਦਾ ਹਾਂ ਨਾ, ਤਾਂ ਜਿਸ ਸੱਚਖੰਡ ਦੇ ਵਿੱਚ ਅੱਲਾ ਤਾਲਾ ਦਾ ਆਸਣ ਲੱਗਾ ਹੋਇਆ ਹੈ, ਉਸ ਆਸਣ ਉੱਤੇ ਉੱਥੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸਜੇ ਹੁੰਦੇ ਆ ਸੱਚਖੰਡ ਵਿੱਚ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸਰੀਰ ਨਹੀਂ, ਇਹ ਅੱਲਾ ਤਾਲਾ ਖੁਦਾ ਦਾ ਮਾਤ ਲੋਕ ਅਤੇ ਪ੍ਰਤੱਖ ਨੂਰ ਭਾਵ ਉਹਨਾਂ ਦਾ ਰੂਪ, ਉਹਨਾਂ ਦਾ ਸਰੂਪ ਹਨ। ਮੈਂ ਇਸ ਖੁਦਾ ਨੂੰ ਸੱਚਖੰਡ ਦਰਗਾਹ ਦੇ ਵਿੱਚ ਵੀ ਇਸੇ ਰੂਪ ਵਿੱਚ ਦਰਸ਼ਨ ਕਰਦਾ ਅਤੇ ਮਾਤ ਲੋਕ ਅਤੇ ਇੱਥੇ ਇਹਨਾਂ ਦੇ ਪ੍ਰਤੱਖ ਦਰਸ਼ਨ ਕਰ ਰਿਹਾ ਹਾਂ। ਉਹਨਾਂ ਦਾ ਉੱਤਰ ਦੇ ਦਿੱਤਾ ਸੀ, ਸਾਰੀ ਗੱਲ ਦਾ ਨਿਰਣਾ ਕਰ ਦਿੱਤਾ ਸਾਈਂ ਮੀਆਂ ਮੀਰ ਜੀ ਨੇ। ਸੋ ਇਸ ਲਈ ਜਿੱਥੇ ਵੱਡੇ ਵੱਡੇ ਦੇਵਤਿਆਂ ਦੀ ਮਨੁੱਖਾਂ ਦੀ ਵੀ ਗਮਤਾ ਪਹੁੰਚ ਨਹੀਂ ਹੈ। ਸਤਿਗੁਰ ਕੋ ਗੁਰ ਸਮਝ ਕਹਾ, ਕਹਿੰਦੇ ਭਾਈ ਉਹ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨੂੰ ਸਮਝਣ ਦੀ ਉਹਨਾਂ ਕੋਲੇ ਕੀ ਸੋਝੀ ਹੈ, ਉਹ ਕੀ ਸਮਝਣਗੇ, ਉਹਨਾਂ ਨੂੰ ਕੀ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ। ਤਨ ਧਾਰਨ ਕੋ ਧਰਮ ਜੇ ਕਹੀਐ ਹੈ, ਮਹਾਰਾਜ ਕਹਿੰਦੇ ਫਿਰ ਅਗਲਾ ਉੱਤਰ ਦੇ ਰਿਹਾ, ਧਿਆਨ ਪੂਰਵਕ ਸੁਣਨ ਵਾਲੇ ਬਚਨ ਹੋਇਆ ਕਰਦੇ ਹੈ ਕਿ ਜੇਕਰ ਕਹੋ ਨਿਰੰਕਾਰ ਤਾਂ ਆਕਾਰ ਤੋਂ ਰਹਿਤ ਹੈ, ਉਹਦਾ ਤਾਂ ਕੋਈ ਜਾਮਾ ਕੋਈ ਆਕਾਰ ਨਹੀਂ, ਉਹ ਤਾਂ ਸਤਚਿਤ ਆਨੰਦ ਹੈ, ਨਿਰਗੁਣ ਹੈ, ਨਿਰਾਕਾਰ ਹੈ, ਅਤੇ ਸਰੀਰ ਜਿਹੜਾ ਗੁਰੂ ਹੁੰਦਾ ਉਹ ਸਰੀਰ ਧਾਰੀ ਹੁੰਦਾ, ਉਹ ਸਾਹਮਣੇ ਬੈਠ ਕੇ ਗੁਰਦੀਕਸ਼ਾ ਦਿੰਦਾ, ਨਾਮ ਦਿੰਦਾ ਹੈ, ਗੁਰੂ ਬਣਨ ਦੀ ਮਰਿਆਦਾ ਪੂਰੀ ਕਰਦਾ ਹੈ। ਜੇ ਤਨ ਧਾਰਨ ਕਰਕੇ ਵੀ ਤਨ ਧਾਰੀ ਗੁਰੂ ਹੋਵੇ, ਸਰੀਰ ਧਾਰੀ ਗੁਰੂ ਹੋਵੇ, ਸਰੀਰ ਧਾਰੀ ਗੁਰੂ ਹੋਣਾ ਚਾਹੀਦਾ ਹੈ। ਸ਼੍ਰੀ ਨਾਨਕ ਗੁਰ ਅੰਗਦ ਲਹੀ ਹੈ, ਕਹਿੰਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਵੀ ਬਣਾਇਆ। ਕਦੋਂ? ਜਦੋਂ ਕਰਤਾਰਪੁਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਔਰ ਪ੍ਰਕਰਮਾ ਕੀਤੀਆਂ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਹਜ਼ੂਰ ਹੋ ਕੇ ਹਾਜ਼ਰ ਆਪ ਇਹ ਮਰਜ਼ਾਦਾ ਤਨ ਧਾਰੀ ਗੁਰੂ ਵਾਲੀ ਵੀ ਪੂਰੀ ਕੀਤੀ ਹੈ ਮਾਤ ਲੋਕ ਵਿੱਚ। ਜਿਸ ਅੱਗੇ ਨਿਜ ਸੀਸ ਨਿਵਾਇਓ, ਇਹਨਾਂ ਦੇ ਅੱਗੇ ਉਹਨਾਂ ਨੇ ਆਪਣਾ ਸੀਸ ਨਵਾ ਦਿੱਤਾ, ਮੱਥਾ ਟੇਕ ਦਿੱਤਾ ਹੈ। ਪੈਸੇ 5 ਨਲੇਰ ਚੜ੍ਹਾਇਓ, 5 ਪੈਸੇ ਤੇ ਨਾਰੀਅਲ ਚੜ੍ਹਾਇਆ। ਚੜ੍ਹਾਇਆ ਕਿਉਂ? ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੀ ਇਹ ਪੂਜਾ ਕੀਤੀ ਨਾ, ਦੂਸਰੇ ਦੀ ਤਾਂ ਅੱਜ ਤੱਕ ਨਹੀਂ ਉਹਨਾਂ ਨੇ ਕੀਤੀ। ਗੁਰੂ ਜੋਤੀ ਜਦੋਂ ਗੁਰਤਾ ਗੱਦੀ ਅੱਗੇ
ਆਪਣੀ ਥਾਂ ਤੇ ਬਖਸ਼ਿਸ਼ ਕਰਦੇ ਰਹੇ। ਮਰਿਆਦਾ ਹੈ 5 ਪੈਸੇ ਅਤੇ ਨਾਰੀਅਲ ਚੜਾ ਕੇ ਮੱਥਾ ਟੇਕਣਾ, ਪਰਿਕਰਮਾ ਕਰਨੀ ਔਰ ਫਿਰ ਸੰਗਤਾਂ ਨੂੰ ਆਗਿਆ ਦੇਣੀ ਕਿ ਅੱਜ ਤੋਂ ਤੁਹਾਡੇ ਗੁਰੂ ਇਹ ਸਤਿਗੁਰੂ ਹਨ, ਇਹਨਾਂ ਨੂੰ ਅੱਜ ਤੋਂ ਬਾਅਦ ਆਪਣਾ ਗੁਰੂ ਮੰਨਣਾ, ਆਪਣੇ ਸਰੀਰ ਦੇ ਹੁੰਦਿਆਂ ਹੀ। ਗੁਰੂ ਪਦਵੀ ਮਹਾਰਾਜ ਬਖਸ਼ ਦਿੰਦੇ ਸਨ ਅਤੇ ਸਾਡੇ ਵਰਗੇ ਸਿੱਖ ਤਰਕੀ ਬਤਰਕੀ ਉਦੋਂ ਹੁੰਦੇ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤਾਂ ਬੜਾ ਵੱਡਾ ਬਾਹਮਣਵਾਦ ਕਰਤਾ, ਨਾਰੀਅਲ ਚੜ੍ਹਾਤਾ ਅੱਗੇ। ਜੇ ਸਾਡੇ ਵਰਗੇ ਹੁੰਦੇ ਅੱਜ ਗੁਰੂ 'ਤੇ ਵੀ ਸ਼ੰਕਾ ਕਰਦੇ, ਹਟਦੇ ਨਹੀਂ ਕੁਝ ਲੋਕ, ਬਾਜ ਨਹੀਂ ਆਉਂਦੇ ਅੱਜ ਵੀ। ਸੋ ਐਵੇਂ ਹੀ ਬਿਨਾਂ ਮਤਲਬ ਦੀਆਂ ਸ਼ੰਕਾਵਾਂ ਪੈਦਾ ਕਰੀ ਜਾਣੀਆਂ। ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਾਹਿਬ ਨੇ ਕਿਹਾ ਉਹਨੂੰ ਕਮਾਓ, ਗੁਰੂ ਦੇ ਕੌਤਕਾਂ ਉੱਤੇ ਕਦੇ ਸਵਾਲ ਨਾ ਕਰੋ, ਨਾ ਹੀ ਗੁਰੂ ਦੀ ਬਰਾਬਰਤਾ ਕਰਨ ਦਾ ਯਤਨ ਕਰੋ ਕਦੇ। ਇਸ ਕਰਕੇ 5 ਪੈਸੇ ਅਤੇ ਨਾਰੀਅਲ ਚੜ੍ਹਾ ਕੇ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅੰਗਦ ਦੂਸਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਹੀ ਬਣਾਇਆ, ਆਪ ਹੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੁਣ ਕਰ ਤਨ ਪੁਨ ਸੰਸੈ ਕੀਨਾ, ਉਹਨਾਂ ਨੇ ਸੁਣ ਕੇ ਫੇਰ ਅੱਗੇ ਸਵਾਲ ਕੀਤਾ ਸਤਿਗੁਰਾਂ ਦੇ। ਗੁਰ ਹੋਏ ਸੋ ਉਪਦੇਸ਼ ਜੇ ਦੀਨਾ, ਮਹਾਰਾਜ ਕਹਿੰਦੇ ਜਿਹੜਾ ਗੁਰੂ ਹੁੰਦਾ ਉਹ ਉਪਦੇਸ਼ ਵੀ ਦਿੰਦਾ ਹੈ, ਨਾਮ ਵੀ ਦਿੰਦਾ ਹੈ, ਸਿੱਖਿਆ ਵੀ ਦਿੰਦਾ ਹੈ, ਰਹਿਣੀ ਬਹਿਣੀ ਵੀ ਦੱਸਦਾ ਹੈ। ਨਾਮ ਕਹੇ ਗੋ ਕੋ ਤੁਮ ਨਾਸ਼, ਗੁਰੂ ਦਾ ਅਰਥ ਕੀ ਹੈ? ਗੁਰੂ ਦਾ ਮਤਲਬ ਗੱਗੇ ਤੋਂ ਹੈ ਜਿਹੜਾ ਅਗਿਆਨ ਦਾ ਤਾਮ ਹਨੇਰੇ ਦਾ ਨਾਸ਼ ਕਰ ਦੇਵੇ। ਰੂਹ ਕੋ ਅਰਥ ਜੋ ਕਰੇ ਪ੍ਰਕਾਸ਼, ਰੂਹ ਦਾ ਅਰਥ ਹੁੰਦਾ ਪ੍ਰਕਾਸ਼ ਕਰ ਦੇਵੇ ਹਿਰਦੇ ਵਿੱਚ, ਸਿੱਖ ਦੇ ਹਿਰਦੇ ਚੋਂ ਅਗਿਆਨ ਦਾ ਹਨੇਰਾ ਦੂਰ ਕਰ ਦੇਵੇ, ਗਿਆਨ ਦਾ ਸਿੱਖ ਦੇ ਹਿਰਦੇ ਵਿੱਚ। ਉਹ ਗਿਆਨ ਦੂਜਾ ਨਹੀਂ ਜਿਹੜਾ ਕਿਤਾਬੀ ਗਿਆਨ ਹੈ, ਜਿਹਦੇ ਬਾਬਤ ਲੋਕ ਇਸ ਤਰ੍ਹਾਂ ਦਾ ਪ੍ਰਚਾਰ ਕੁਝ ਲੋਕ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਗਿਆਨ ਹੀ, ਗਿਆਨ ਦਾ ਹੀ ਸੋਮਾ ਹੈ ਕੇਵਲ। ਭਾਈ ਲੋਕ ਜਾਣਾ ਹੈ, ਉਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਗੁਰਬਾਣੀ ਵਿੱਚ ਹੀ ਜ਼ਿਕਰ ਕਰਤਾ ਕਬੀਰ ਸਾਹਿਬ ਨੇ। ਲੋਕ ਕਹਿੰਦੇ ਆ ਗੀਤ ਹੈ ਪਰਮੇਸ਼ਰ ਦੇ, ਨਹੀਂ ਇਹ ਤਾਂ ਬ੍ਰਹਮ ਦਾ ਸਰੂਪ ਹੈ, ਬ੍ਰਹਮ ਦੀ ਵਿਚਾਰ ਪ੍ਰਾਪਤ ਕਰਨ ਦਾ ਗੁਰਬਾਣੀ ਖਜ਼ਾਨਾ ਹੈ। ਇਹ ਗੁਰੂ ਦਾ ਰੁਤਬਾ, ਪਰਮੇਸ਼ਰ ਦਾ ਰੁਤਬਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਬਰ ਨਾ ਕੋਏ। ਇਸ ਕਰਕੇ ਤਾਂ ਕਹਿੰਦੇ ਰੂਹ ਦਾ ਅਰਥ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਅਗਿਆਨ ਨੂੰ ਮੇਟ ਦੇਵੇ, ਉਸ ਨੂੰ ਗੁਰੂ ਕਹਿੰਦੇ ਹਨ। ਐਸਾ ਗੁਰੂ ਕੌਣ ਹੈ? ਕੋਈ ਨਜ਼ਰ ਨਹੀਂ ਆਉਂਦਾ 10 ਗੁਰਾਂ ਤੋਂ ਬਿਨਾ। ਜਿਸ ਉਪਦੇਸ਼ ਤੇ ਹੋਏ ਜਾਏ, ਜਿਸ ਦੇ ਉਪਦੇਸ਼ ਦੇਣ ਦੇ ਨਾਲ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ। ਗੁਰੂ ਕਹੇ ਤੇ ਨਰ ਸਮਦਾਏ, ਸਾਰੇ ਉਸ ਨੂੰ ਗੁਰੂ ਕਹਿੰਦੇ ਹਨ। ਐਵੇਂ ਲੋਕੀ ਗੁਰੂ ਬਣ ਬਣ ਕੇ ਮੰਤਰ ਕੰਨਾਂ ਵਿੱਚ ਦਈ ਜਾਂਦੇ ਹੈ, ਉਹਨਾਂ ਦਾ ਤਾਂ ਆਪਣਾ ਗਿਆਨ ਨਹੀਂ ਦੂਰ ਹੋਇਆ, ਦੂਜਿਆਂ ਦਾ ਕਿੱਥੋਂ ਕਰਨਗੇ। ਸ਼੍ਰੀ ਨਾਨਕ ਭੇ ਸੁਤੇ ਪ੍ਰਕਾਸ਼, ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਤੇ ਪ੍ਰਕਾਸ਼ ਸਰੂਪ ਸਨ। ਸੁਤੇ ਜਨਮਤ ਤੇ ਅਜਮਤ ਜਨ ਪਾਸ, ਅਵਤਾਰ ਧਾਰਨ ਤੋਂ ਲੈ ਕੇ ਹੀ ਸਾਰੀਆਂ ਸ਼ਕਤੀਆਂ ਉਹਨਾਂ ਦੀ ਹਜ਼ੂਰੀ ਵਿੱਚ ਹਾਜ਼ਰ ਸਨ, ਅਜਮਤਾਂ ਦੇ ਸ਼ਕਤੀਆਂ ਦੇ ਖਜ਼ਾਨੇ ਸਨ। ਲੱਗ ਪੈ ਮੈਂ ਉਪਦੇਸ਼ਨ ਲਾਗੇ, ਛੋਟੀ ਅਵਸਥਾ ਦੇ ਵਿੱਚ ਹੀ ਇਹ ਗੱਲ ਉਹ ਸਿੱਖ ਸਤਿਗੁਰੂ ਜੀ ਦੇ ਨਾਲ ਕਰ ਰਹੇ ਹੈ।
ਕਿ ਮਹਾਰਾਜ ਕੋਈ ਸਾਡੇ 'ਤੇ ਸਵਾਲ ਕਰ ਦੇਵੇ ਕਿ ਗੁਰੂ ਦੇ ਅੱਗੇ ਤਾਂ ਬੈਠ ਕੇ ਉਪਦੇਸ਼ ਲੈਂਦਾ ਸ਼ੇਸ਼ ਚੇਲਾ ਜਾਂ ਸੇਵਕ, ਗੁਰੂ ਉਸੇ ਨੂੰ ਕਿਹਾ ਜਾਂਦਾ ਜਿਹੜਾ ਉਪਦੇਸ਼ ਦੇਵੇ, ਅਗਿਆਨ ਦੂਰ ਕਰੇ। ਗੁਰੂ ਨਾਨਕ ਸਾਹਿਬ ਤਾਂ ਅੱਗੇ ਕਿਸੇ ਦੇ ਬੈਠ ਕੇ ਉਹਨਾਂ ਨੇ ਇਹੋ ਜਿਹਾ ਉਪਦੇਸ਼ ਨਹੀਂ ਲਿਆ, ਨਾ ਗੁਰੂ ਅੰਗਦ ਦੇਵ ਜੀ ਤੋਂ ਲਿਆ, ਉਹ ਤਾਂ ਸੁਤੇ ਪ੍ਰਕਾਸ਼ ਸਰੂਪ ਸਨ। ਬਾਲ ਅਵਸਥਾ ਤੋਂ ਇਹਨਾਂ ਨੇ ਵੱਡੀਆਂ ਵੱਡੀਆਂ ਅਜ਼ਮਤਾਂ ਦੁਨੀਆਂ ਨੂੰ ਵਿਖਾਈਆਂ। ਸੱਪ ਨੇ ਛਾਂ ਕਰਨੀ ਸਾਧ ਸੰਗਤ ਜੀ, ਚਰਿਆ ਖੇਤ ਹਰਾ ਭਰਾ ਹੋ ਜਾਣਾ, ਕਿੰਨੀਆਂ ਵੱਡੀਆਂ ਬਰਕਤਾਂ ਸਨ, ਸ਼ਕਤੀਆਂ ਸਨ। ਛੋਟੀ ਅਵਸਥਾ ਵਿੱਚ ਹੀ ਉਪਦੇਸ਼ ਦੇਣ ਲੱਗ ਪਏ ਸਨ। ਗੁਰੂ ਵਾਲੇ ਕਰਤੱਬ ਉਹਨਾਂ ਨੇ ਕੀਤੇ, ਮਾਨ ਕਮਾਇਓ ਨਰ ਵੱਡ ਭਾਗੇ, ਇਹਨਾਂ ਨੇ ਉਹਨਾਂ ਦਾ ਬਚਨ ਮੰਨ ਕੇ ਉਪਦੇਸ਼ ਕਮਾਇਆ, ਉਹ ਵੱਡਿਆਂ ਭਾਗਾਂ ਵਾਲੇ ਬਣ ਗਏ। ਇਮਤੇ ਬੂਝੈ ਕਿਆ ਹਮ ਕਹੈ, ਜੇ ਉਹ ਪੁੱਛਣ ਵੀ ਉਹ ਤਾਂ ਜਨਮ ਤੋਂ ਹੀ ਛੋਟੀ ਬਾਲ ਅਵਸਥਾ ਤੋਂ ਹੀ ਗੁਰੂ ਬਣ ਕੇ ਉਪਦੇਸ਼ ਦੇਣ ਲੱਗ ਪਏ ਸਨ। ਸਵਾਲ ਉਹਨਾਂ ਨੇ ਬਿਲਕੁਲ ਠੀਕ ਕੀਤਾ, ਕਿਉਂ ਕੁਤਰਕੀ ਬੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਸਵਾਲ ਕੱਢ ਲੈਂਦਾ। ਸੋ ਮਹਾਰਾਜ ਫੇਰ ਅਸੀਂ ਕੀ ਕਹੀਏ, ਕੀ ਜਵਾਬ ਦੇਣਾ ਕਰੀਏ ਜੇ ਕੋਈ ਪੁੱਛੇ। ਇਹ ਵੀ ਤੁਮ ਤੇ ਉੱਤਰ ਲਹੈ, ਇਹ ਵੀ ਆਪ ਜੀ ਤੋਂ ਨਿਰਣਾ ਅਸੀਂ ਲੈਣਾ ਚਾਹੁੰਦੇ ਹਾਂ ਕਿ ਕੀ ਉੱਤਰ ਦੇਣਾ ਕਰੀਏ। ਸੁਣ ਕੇ ਸ਼੍ਰੀ ਅਰਜਨ ਬਚ ਭਾਖਾ, ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ। ਇਸ ਪਰ ਸੁਣੋ ਤੀਨ ਕੀ ਸਾਖਾ, ਮਹਾਰਾਜ ਕਹਿੰਦੇ ਇਸ ਉੱਤੇ ਵੀ ਸੁਣੋ, ਭਾਵ ਇਸ ਉੱਤੇ ਵੀ ਸ਼ਾਖਾ ਹੁੰਦਾ ਦ੍ਰਿਸ਼ਟਾਂਤ। ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ, ਦੱਸਦੇ ਹਾਂ, ਪ੍ਰਮਾਣ ਦੇ ਕੇ। ਮਾਇਆ ਸਬਲ ਜੋ ਇੱਕ ਅੰਕਾਰ, ਜੋ ਇੱਕ ਵਾਹਿਗੁਰੂ ਪਰਮੇਸ਼ਰ ਆ, ਉਹ ਮਾਇਆ ਦੇ ਸਹਿਤ ਹੋਇਆ ਸੰਸਾਰ ਵਿੱਚ। ਸਿਰਜਣ ਹਿਤ ਕਹੇ ਉਹ ਅੰਕਾਰ, ਸੰਸਾਰ ਨੂੰ ਸਾਜਣ ਵਾਸਤੇ ਜਿਹੜਾ ਅਫੁਰ ਅਵਸਥਾ ਵਿੱਚ ਬੈਠਾ ਸੀ ਆਪਣੇ ਸਰੂਪ ਵਿੱਚ, ਉਹਨੇ ਮਾਇਆ ਸਬਲ ਹੋ ਕੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਸਤੇ ਉਹਨੇ ਓਅੰਕਾਰ ਸ਼ਬਦ ਉਚਾਰਿਆ। ਏਕੋ ਹੰ ਬਹੁ ਸਿਆਮਾ ਪਰਜਾ ਜਾਏ ਤੇ, ਕਹਿੰਦੇ ਜਦੋਂ ਪ੍ਰਮਾਤਮਾ ਨੇ ਓਅੰਕਾਰ ਸ਼ਬਦ ਕਿਹਾ ਨਾ ਆਪਣੇ ਮੁਖਾਰ ਬਿੰਦ ਤੋਂ, ਉਦੋਂ ਇਹ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆ ਗਈ। ਜਿਹੜੀ ਅਰਬਦ ਨਰਬਦ ਧੁੰਦੂ ਕਾਰਾ, ਤਰਨਾ ਗਗਨਾ ਹੁਕਮਾ ਪਾਰਾ, ਅਕੱਥੀ ਕਥੋ ਚਿਹਨ ਕੋਈ ਪੂਰ ਰਹਿਆ ਮਨ ਭਾਏ ਦਾ। ਇਹ ਸਾਰੀ ਸ੍ਰਿਸ਼ਟੀ ਪਹਿਲਾਂ ਇਸ ਤਰ੍ਹਾਂ ਦੀ ਸੀ, ਧੁੰਦ ਰੂਪ ਕਰਕੇ ਸਾਰਾ ਪਸਾਰਾ ਬਣਿਆ ਹੋਇਆ ਸੀ, ਕੋਈ ਇੱਥੇ ਕਿਸੇ ਤਰ੍ਹਾਂ ਦੀ ਵੀ ਰਚਨਾ ਨਹੀਂ ਸੀ। ਜਦੋਂ ਪਰਮੇਸ਼ਰ ਨੇ ਉਹ ਓਅੰਕਾਰ ਸ਼ਬਦ ਕਿਹਾ, ਉਦੋਂ ਹੀ ਸਾਰਾ ਪਸਾਰਾ ਰਚਿਆ ਗਿਆ। ਇੱਕ ਬਚਨ ਵਿੱਚ ਕੀਤਾ ਪਸਾਓ ਏਕੋ ਕਵਾਓ, ਜਿੰਨਾ ਪਸਾਰਾ ਕੀਤਾ ਹੋਇਆ ਤੁਸੀਂ ਵੇਖਦੇ ਹੋ। ਕਹਿੰਦੇ ਇੱਕ ਬਚਨ ਨਾਲ ਕਰਤਾ ਵਾਹਿਗੁਰੂ ਨੇ। ਕੋਈ ਕਹਿੰਦਾ 7 ਦਿਨਾਂ ਵਿੱਚ ਸ੍ਰਿਸ਼ਟੀ ਸਾਜੀ, ਕੋਈ ਕਹਿੰਦਾ ਮਹੀਨੇ ਵਿੱਚ, ਪਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ। ਉਸ ਵਾਹਿਗੁਰੂ ਨੇ ਇੱਕ ਬਚਨ ਉਹ ਓਅੰਕਾਰ ਕਿਹਾ ਤਾਂ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ, ਸਾਜ ਕੇ ਅੱਗੇ ਰੱਖ ਦਿੱਤੀ। ਐਸਾ ਜੋ ਮਾਇਆ ਦੇ ਸਹਿਤ ਹੋ ਕੇ, ਮਾਇਆ ਕਿਹਨੂੰ ਕਹਿੰਦੇ? ਕੁਦਰਤ ਨੂੰ। ਕੁਦਰਤ ਕੀ ਹੈ? ਜਿੱਥੇ ਆਪਾਂ ਬੈਠੇ ਹਾਂ ਇਹ ਸਾਰਾ ਪਸਾਰਾ ਕੁਦਰਤੀ ਹੈ। ਪਹਾੜ, ਧਰਤੀ, ਆਕਾਸ਼ ਤੋਂ ਲੈ ਕੇ ਇਹ ਸਾਰੀ ਕੁਦਰਤ ਹੈ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ, ਨਾ ਉਹ ਦੂਈ ਕੁਦਰਤ ਸਾਜੀ ਹੈ।
ਕਰ ਆਸਣ ਡਿੱਠੋ ਚਾਉ। ਦੂਜੀ ਕੁਦਰਤ ਮਾਇਆ ਦੁਆਰਾ ਇਹਦਾ ਰਚਨਾ ਕੀਤੀ, ਪਸਾਰਾ ਬਣਾਇਆ। ਸੌਖਾ ਸਮਝ ਲਓ, ਮਾਂ ਦੁਆਰਾ ਹੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਨਾ, ਭਾਵੇਂ ਪਸ਼ੂਆਂ ਦੀ ਹੋ ਜੇ ਭਾਵੇਂ ਜੀਵਾਂ ਦੀ ਹੋ ਜੇ। ਕਿਉਂ ਪਰਮੇਸ਼ਰ ਨੇ ਮਾਇਆ ਦੁਆਰਾ ਮਾਇਆ ਸਬਲ ਹੋ ਕੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਪ੍ਰਗਟ ਭਏ ਤਬ ਦੇਵ ਜੋ ਤੀਨ, ਤਿੰਨ ਦੇਵਤੇ ਉਦੋਂ ਹੀ ਪੈਦਾ ਹੋਏ ਉਸ ਵਾਹਿਗੁਰੂ ਦੀ ਆਗਿਆ ਵਿੱਚ। ਬ੍ਰਹਮਾ ਵਿਸ਼ਨੂੰ ਮਹੇਸ਼ ਪ੍ਰਵੀਨ, ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸ਼ਿਵਜੀ ਜਿਹੜੇ ਸਨ, ਤਿੰਨ ਤੀਨੋ ਕੋ ਗੁਰ ਭਇਓ। ਉਸ ਵਕਤ ਸਤਿਗੁਰੂ ਜੀ ਇਹਨਾਂ ਨੂੰ ਸਵਾਲ ਕਰਕੇ ਇਹਨਾਂ ਨੂੰ ਉੱਤਰ ਦੇ ਰਹੇ ਹਨ। ਕਹਿਣ ਲੱਗੇ ਭਾਈ, ਫਿਰ ਤਿੰਨ ਦੇਵਤੇ ਹੋਏ, ਤਿੰਨ ਦੇਵਤਿਆਂ ਦਾ ਕੌਣ ਸੀ ਗੁਰੂ ਇਹਨਾਂ ਦਾ? ਬ੍ਰਹਮਾ ਦਾ ਗੁਰੂ ਕੌਣ, ਵਿਸ਼ਨੂੰ ਦਾ ਗੁਰੂ ਕੌਣ, ਸ਼ਿਵਜੀ ਦਾ ਕੌਣ ਹੋਇਆ ਗੁਰੂ? ਸੁਣੇ ਤਿਵਾੜੀ ਉੱਤਰ ਦਿਓ। ਤਿਵਾੜੀ ਗੋਤ ਦੇ ਇਹਨਾਂ ਬ੍ਰਾਹਮਣਾਂ ਨੇ ਫਿਰ ਉੱਤਰ ਦਿੱਤਾ ਸਤਿਗੁਰਾਂ ਤੋਂ ਸੁਣ ਕੇ। ਕਹਿਣ ਲੱਗੇ ਜੀ, ਸ਼ਾਸਤਰਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਸੀਂ ਦੱਸਦੇ ਹਾਂ ਕਿ ਇਹਨਾਂ ਦਾ ਕੌਣ ਗੁਰੂ ਬਣਿਆ ਉਦੋਂ। ਬ੍ਰਹਮਾ ਸ਼ਿਵ ਦੋਨੋਂ ਮਿਲ ਜਾਏ, ਕਹਿੰਦੇ ਬ੍ਰਹਮਾ ਅਤੇ ਸ਼ਿਵਜੀ ਦੋਨੋਂ ਮਿਲ ਕੇ ਗਏ ਕਿਸ ਦੇ ਪਾਸ? ਕਰਿਓ ਵਿਸ਼ਨ ਕੋ ਗੁਰ ਹਰ ਖਾਏ। ਉਹਨਾਂ ਨੇ ਵਿਸ਼ਨੂੰ ਨੂੰ ਆਪਣਾ ਗੁਰੂ ਬਣਾਇਆ। ਗੁਰੂ ਜਦੋਂ ਬਣਾਇਆ ਬ੍ਰਹਮਾ ਅਤੇ ਸ਼ਿਵਜੀ ਨੇ, ਉਦੋਂ ਵਿਸ਼ਨੂੰ ਨੂੰ ਆਪਣਾ ਗੁਰੂ ਬਣਾ ਕੇ ਵਿਸ਼ਨੂੰ ਦੀ ਪ੍ਰਸੰਨਤਾ ਲਈ ਕਿ ਅਸੀਂ ਤੁਹਾਨੂੰ ਆਪਣਾ ਗੁਰੂ ਮੰਨਦੇ ਹਾਂ ਅੱਜ ਤੋਂ। ਬਹੁਰ ਵਿਸ਼ਨ ਉਰ ਵਿਖੇ ਵਿਚਾਰਾ, ਫਿਰ ਕਹਿੰਦੇ ਭਗਵਾਨ ਵਿਸ਼ਨੂੰ ਨੇ ਵਿਚਾਰ ਕੀਤੀ ਹਿਰਦੇ ਵਿੱਚ। ਮਹਾਦੇਵ ਕੋ ਗੁਰ ਨਿਜ ਧਾਰਾ, ਇਹਨਾਂ ਨੇ ਤਾਂ ਮੈਨੂੰ ਗੁਰੂ ਧਾਰ ਲਿਆ ਬ੍ਰਹਮਾ ਔਰ ਸ਼ਿਵਜੀ ਨੇ, ਤੇ ਮੈਂ ਵੀ ਅਜੇ ਤਾਂ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ। ਤਾਂ ਵਿਸ਼ਨੂੰ ਨੇ ਕਹਿੰਦੇ ਫਿਰ ਸ਼ਿਵਜੀ ਨੂੰ ਆਪਣਾ ਗੁਰੂ ਬਣਾ ਲਿਆ। ਉਹ ਕਹਿਣ ਲੱਗੇ ਵੀ ਮੈਂ ਤੈਨੂੰ ਆਪਣਾ ਗੁਰੂ ਮੰਨਦਾ ਹਾਂ, ਅੱਜ ਤੋਂ ਤੂੰ ਮੇਰਾ ਗੁਰੂ ਹੈ। ਸ਼ਿਵਜੀ ਧਰੈ ਵਿਸ਼ਨ ਕੋ ਧਿਆਨ, ਜਿਹੜਾ ਸ਼ਿਵਜੀ ਹੈ ਭਗਵਾਨ ਵਿਸ਼ਨੂੰ ਦਾ ਧਿਆਨ ਧਾਰਦਾ ਹੈ ਹਮੇਸ਼ਾ। ਵਿਸ਼ਨ ਕਰੈ ਸ਼ਿਵ ਕੋ ਸੁਖ ਮਾਨ, ਹਿਰਦੇ ਵਿੱਚ ਸੁਖ ਮੰਨ ਕੇ ਸ਼ਿਵਜੀ ਭਗਵਾਨ ਵਿਸ਼ਨੂੰ ਦਾ ਧਿਆਨ ਕਰਦਾ ਹੈ। ਮਨ ਵਿੱਚ ਇੱਕ ਦੂਸਰੇ ਦਾ ਧਿਆਨ ਕਰਦੇ, ਇੱਕ ਦੂਜੇ ਨੂੰ ਗੁਰੂ ਮੰਨ ਕੇ ਗੁਰੂ ਦਾ ਧਿਆਨ ਕਰਦਾ ਹੈ ਉਪਾਸ਼ਕ ਜਿਹੜਾ ਹੁੰਦਾ ਹੈ। ਜਾਂ ਤੇ ਸਤਗੁਣ ਤਮ ਗੁਣ ਰੰਗ, ਕਹਿੰਦੇ ਵਿਸ਼ਨੂੰ ਦਾ ਸੁਭਾਅ ਸਤੋ ਗੁਣੀ ਸੀ, ਸ਼ਿਵਜੀ ਦਾ ਸੁਭਾਅ ਤਮੋ ਗੁਣੀ। ਸਤੋ ਗੁਣ ਦਾ ਰੰਗ ਸਾਧ ਸੰਗ ਜੀ ਉੱਜਲ ਹੈ ਚਿੱਟਾ, ਔਰ ਤਮੋ ਗੁਣ ਦਾ ਰੰਗ ਕਾਲਾ। ਇਸ ਕਰਕੇ ਸਤੋ ਗੁਣੀ ਧਿਆਨ ਜਿਹੜਾ ਸੀ ਵਿਸ਼ਨੂੰ ਦਾ, ਉਹ ਸ਼ਿਵਜੀ ਨੇ ਜਦੋਂ ਧਾਰਿਆ ਆਪਣੇ ਸਰੀਰ ਵਿੱਚ, ਸੁਰਤ ਵਿੱਚ, ਧਿਆਨ ਵਿੱਚ। ਭਏ ਬਿਪਰ ਜੈ ਦੋਨੋ ਅੰਗ, ਦੋਨਾਂ ਦੇ ਰੰਗ ਬਦਲ ਗਏ ਅੰਗ ਸਰੀਰਾਂ ਦੇ। ਇਹ ਧਿਆਨ ਦੀ ਅਵਸਥਾ ਹੁੰਦੀ ਹੈ, ਜਿਹੜਾ ਧਿਆਨੀ ਹੁੰਦਾ ਜਿਹਦਾ ਧਿਆਨ ਕਰਦਿਆਂ ਕਰਦਿਆਂ ਉਹਦਾ ਰੂਪ ਬਣ ਜਾਂਦਾ, ਫਿਰ ਅਸਲ ਧਿਆਨ ਉਸ ਨੂੰ ਕਿਹਾ ਜਾਂਦਾ ਹੈ। ਵਿਸ਼ਨੂੰ ਨੇ ਧਿਆਨ ਧਾਰਿਆ ਸ਼ਿਵਜੀ ਦਾ, ਸ਼ਿਵਜੀ ਦਾ ਰੰਗ ਕਾਲਾ ਸੀ, ਸਾਂਵਲਾ ਸੀ, ਵਿਸ਼ਨੂੰ ਦਾ ਰੰਗ ਸਾਂਵਲਾ ਹੋ ਗਿਆ। ਪ੍ਰਾਚੀਨ ਹਜ਼ਾਰਾਂ ਸਾਲ ਪੁਰਾਣੀਆਂ ਮੂਰਤੀਆਂ ਦੇਖੋਗੇ ਵਿਸ਼ਨੂੰ ਦੀਆਂ, ਤਾਂ ਸਾਧ ਸੰਗ ਜੀ ਉਹ ਕਾਲੇ ਪੱਥਰ ਦੀਆਂ ਹਨ। ਸ਼ਿਵਜੀ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਮੂਰਤੀਆਂ ਦੇਖੋਗੇ ਉਹ ਚਿੱਟੇ ਰੰਗ ਦੀਆਂ ਨੇ। ਉਹ ਇਸ ਗੱਲ ਦਾ ਪ੍ਰਤੀਕ ਹਨ
ਕਿ ਜਿਹੜਾ ਵਿਸ਼ਨੂੰ ਹੈ ਉਸਨੇ ਸ਼ਿਵਜੀ ਦਾ ਧਿਆਨ ਧਾਰ ਧਾਰ ਕੇ ਉਹਦਾ ਰੰਗ ਹੀ ਸ਼ਿਵਜੀ ਵਾਲਾ ਰੰਗ ਉਹਦੇ ਸਰੀਰ ਦਾ ਸਾਰਾ ਬਣ ਗਿਆ ਸਾਂਵਲਾ। ਔਰ ਸ਼ਿਵਜੀ ਚਿੱਟੇ ਰੰਗ ਦੇ, ਸਤੋ ਗੁਣੀ ਰੰਗ ਉੱਜਲ ਸੀ, ਚਿੱਟਾ ਸੀ, ਸ਼ਿਵਜੀ ਦਾ ਕਾਲੇ ਤੋਂ ਚਿੱਟਾ ਬਦਲ ਗਿਆ। ਇਉਂ ਸਤੋ ਅਤੇ ਤਮੋ ਗੁਣਾਂ ਦਾ ਰੰਗ ਇੱਕ ਦੂਜੇ ਦਾ ਬਦਲ ਗਿਆ ਆਪਸ ਵਿੱਚ। ਸਤਗੁਣ ਉੱਜਲ ਸ਼ਿਵ ਨੇ ਧਰਿਓ, ਸਤਗੁਣ ਸਤੋ ਗੁਣੀ ਵਿਸ਼ਨੂੰ ਦਾ ਧਿਆਨ ਕਰਨੇ ਕਰਕੇ ਸ਼ਿਵਜੀ ਦਾ ਰੰਗ ਚਿੱਟਾ ਉੱਜਲ ਹੋ ਗਿਆ। ਤਮ ਗੁਣ ਸ਼ਿਆਮ ਵਿਸ਼ਨ ਜੀ ਕਰਿਓ, ਤਮੋ ਗੁਣੀ ਸ਼ਿਆਮ ਕਾਲਾ ਰੰਗ ਤਮੋ ਗੁਣੀ ਸੀ, ਉਹ ਵਿਸ਼ਨੂੰ ਜੀ ਨੇ ਸ਼ਿਵਜੀ ਦਾ ਧਿਆਨ ਧਾਰਿਆ ਤਾਂ ਉਹਨਾਂ ਦਾ ਰੰਗ ਉਹੋ ਜਿਹਾ ਹੋ ਗਿਆ ਸਾਂਵਲਾ। ਸੁਣ ਬੋਲੇ ਸ਼੍ਰੀ ਗੁਰੂ ਪ੍ਰਵੀਨ, ਇਹ ਇਹਨਾਂ ਨੇ ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ। ਅੱਗੋਂ ਗਿਆਨ ਦੇ ਦਾਤੇ ਸਤਿਗੁਰੂ ਜੀ ਨੇ ਫਿਰ ਉੱਤਰ ਦਿੱਤਾ ਸੁਣ ਕੇ, ਜਬੈ ਬਿਸ਼ਨ ਸ਼ਿਵ ਕੋ ਗੁਰ ਕੀਨ। ਹੁਣ ਇਹ ਉੱਤਰ ਮਹਾਰਾਜ ਦੇ ਰਹੇ ਹੈ ਨਾ, ਪਿੱਛੇ ਧਿਆਨ ਲੈ ਕੇ ਜਾਓ। ਕਹਿੰਦੇ ਕਈ ਕਹਿੰਦੇ ਹੈ ਨਾ, ਸਿੱਖਾਂ ਨੇ ਦੱਸਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਬਾਲ ਅਵਸਥਾ ਤੋਂ ਹੀ ਉਪਦੇਸ਼ ਦੇਣ ਲੱਗ ਗਏ ਸਨ। ਗੁਰੂ ਤਾਂ ਉਹਨਾਂ ਨੇ ਬਾਅਦ ਵਿੱਚ ਪਰਮੇਸ਼ੁਰ ਨੂੰ ਜਾ ਕੇ ਧਾਰਨ ਕੀਤਾ ਜਦੋਂ ਸੁਲਤਾਨਪੁਰ ਸਾਹਿਬ ਆਏ, ਪਰ ਉਹ ਤਾਂ ਗੋਪਾਲ ਪਾਂਧੇ ਨੂੰ ਉਹਨਾਂ ਨੇ ਨਨਕਾਣਾ ਸਾਹਿਬ ਹੀ ਉਪਦੇਸ਼ ਦੇ ਦਿੱਤਾ, ਕਾਜੀ ਨੂੰ ਉਪਦੇਸ਼ ਦੇ ਦਿੱਤਾ, ਸਭ ਨੂੰ ਉਪਦੇਸ਼ ਦੇ ਦਿੱਤਾ। ਇਸ ਕਰਕੇ ਉਪਦੇਸ਼ ਤਾਂ ਉਹ ਪਹਿਲਾਂ ਹੀ ਦੇਣ ਲੱਗ ਪਏ ਸਨ, ਅਤੇ ਗੁਰੂ ਭਾਵੇਂ ਉਹਨਾਂ ਨੇ ਬਾਅਦ ਵਿੱਚ ਧਾਰਨ ਕੀਤਾ, ਬਾਲ ਅਵਸਥਾ ਤੋਂ ਹੀ ਉਹ ਸ਼ਕਤੀਆਂ ਦੇ ਮਾਲਕ ਸਨ। ਹੁਣ ਸਤਿਗੁਰੂ ਜੀ ਉੱਤਰ ਦੇ ਰਹੇ ਆ ਇਸ ਗੱਲ ਦਾ, ਕਹਿਣ ਲੱਗੇ ਸੁਣੋ ਕਿ ਅਸੀਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦੇ ਹਾਂ। ਜਬੈ ਬਿਸ਼ਨ ਸ਼ਿਵ ਕੋ ਗੁਰ ਕੀਨ, ਕਹਿੰਦੇ ਜਦੋਂ ਵਿਸ਼ਨੂੰ ਨੇ ਸ਼ਿਵਜੀ ਨੂੰ ਆਪਣਾ ਗੁਰੂ ਬਣਾਇਆ, ਇਹ ਗੱਲ ਦੱਸੋ। ਤਬ ਹੀ ਹੋਇਓ ਗਿਆਨ ਸਰੂਪ, ਕਹਿੰਦੇ ਉਦੋਂ ਹੀ ਵਿਸ਼ਨੂੰ ਨੂੰ ਗਿਆਨ ਹੋਇਆ ਜਦੋਂ ਉਹਨੇ ਗੁਰੂ ਧਾਰਿਆ ਸ਼ਿਵਜੀ ਨੂੰ ਆਪਣਾ। ਕਹਿ ਆਗੇ ਹੀ ਹੋ ਤੋ ਅਨੂਪ, ਵਿਸ਼ਨੂੰ ਨੂੰ ਪਹਿਲਾਂ ਹੀ ਪੂਰਾ ਗਿਆਨ ਸੀ, ਗਿਆਨ ਸਰੂਪ ਸੀ ਜਿਹੜਾ ਵਿਸ਼ਨੂੰ ਸੀ, ਇਸ ਕਰਕੇ ਦੱਸਣਾ ਕਰੋ। ਕਹਿਓ ਤਿਵਾੜੀ ਪ੍ਰਭ ਭਗਵਾਨ, ਉਦੋਂ ਤਿਵਾੜੀ ਨੇ ਕਿਹਾ ਨਹੀਂ ਮਹਾਰਾਜ, ਭਗਵਾਨ ਵਿਸ਼ਨੂੰ ਤਾਂ ਪਹਿਲਾਂ ਹੀ ਭਗਵਾਨ ਦਾ ਰੂਪ ਸਨ, ਸਾਰਾ ਗਿਆਨ ਉਹਨਾਂ ਨੂੰ ਗੁਰੂ ਧਾਰਨ ਕਰਨ ਤੋਂ ਪਹਿਲਾਂ ਵੀ ਪੂਰਾ ਸੀ। ਉਦੋਂ ਪ੍ਰਥਮ ਹੀ ਗਿਆਨ ਨਿਧਾਨ, ਵਿਸ਼ਨੂੰ ਜੀ ਤਾਂ ਪਹਿਲਾਂ ਹੀ ਗਿਆਨ ਦੇ ਖਜ਼ਾਨੇ ਸਨ, ਸ਼ਿਵ ਜੀ ਨੂੰ ਗੁਰੂ ਧਾਰਨ ਕਰਨ ਤੋਂ ਪਹਿਲਾਂ ਹੀ ਉਹ ਆਪਣੇ ਆਪ ਵਿੱਚ ਸੰਪੂਰਨ ਸਨ। ਕਿਸੇ ਪੱਖੋਂ ਧਾਰਮਿਕ ਸ਼ਾਸਤਰ ਆਖਦੇ ਆ ਕੋਈ ਉਹਨਾਂ ਦੇ ਗਿਆਨ ਵਿੱਚ ਕਮੀ ਨਹੀਂ ਸੀ। ਜਗ ਕੀ ਕਰਨ ਮਰਜ਼ਾਦਾ ਕਰਨ, ਸੰਸਾਰ ਦੀ ਮਰਜ਼ਾਦਾ ਕਰਨ ਵਾਸਤੇ ਪੂਰੀ ਉਹਨਾਂ ਨੇ। ਵਿਸ਼ਨ ਕਰਿਓ ਸ਼ਿਵ ਕੋ ਗੁਰ ਧਾਰਨ, ਵਿਸ਼ਨੂੰ ਜੀ ਨੇ ਸ਼ਿਵ ਜੀ ਨੂੰ ਗੁਰੂ ਧਾਰਨ ਕੀਤਾ। ਸ਼੍ਰੀ ਅਰਜਨ ਕਹਿ ਤਿਮ ਤੁਮ ਹੀ ਉਹਨਾਂ ਤੇ ਕੇ ਦਿਓ। ਮਹਾਰਾਜ ਕਹਿੰਦੇ, ਕਹਿਣ ਲੱਗੇ ਇਵੇਂ ਹੀ ਗੁਰਸਿੱਖੋ ਧੰਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਇਸੇ ਤਰ੍ਹਾਂ ਜਾਣਨਾ ਕਰੋ, ਸਮਝਣਾ ਕਰੋ। ਸ਼੍ਰੀ ਨਾਨਕ ਜਗ ਗੁਰੂ ਮਹਾਨੋ, ਸੰਸਾਰ ਦੇ ਉੱਤੇ ਜਦੋਂ ਹੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਉਦੋਂ ਤੋਂ ਹੀ ਉਹ ਜਗ ਦੇ ਗੁਰੂ ਸਨ ਸੰਪੂਰਨ। ਸਵਯੰ ਪ੍ਰਕਾਸ਼ ਪ੍ਰਥਮ ਹੀ ਥੀਏ, ਸੁਤੇ ਪ੍ਰਕਾਸ਼ ਸਰੂਪ ਹੀ ਸੰਸਾਰ ਦੇ ਉੱਤੇ ਮਾਤ ਲੋਕ ਤੇ ਅਵਤਾਰ ਧਾਰ ਕੇ ਆਏ।
ਮਰਜ਼ਾਦਾ ਧਾਰਤ ਭਏ, ਉਹਨਾਂ ਨੇ ਤਨ ਸਰੀਰ ਤੇ ਮਰਜ਼ਾਦਾ ਧਾਰਨ ਕਰਨ ਵਾਸਤੇ ਪੂਰੀ ਕਰਨ ਵਾਸਤੇ ਸੱਚਖੰਡ ਵਿੱਚ ਗਏ ਤੇ ਉਸ ਤੋਂ ਬਾਅਦ ਮਾਤ ਲੋਕ ਦੀ ਮਰਜ਼ਾਦਾ ਪੂਰੀ ਕਰਨ ਹਿੱਤ ਸ਼੍ਰੀ ਅੰਗਦ ਕੋ ਗੁਰੂ ਸਥਾਪ, ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਗੁਰੂ ਥਾਪਿਆ, ਉਹਨਾਂ ਨੇ ਆਪਣੀ ਥਾਂ ਤੇ ਗੁਰਤਾ ਗੱਦੀ ਦਿੱਤੀ। ਜੋਤ ਜਗਾਈ ਆਪਣੀ ਆਪ, ਆਪਣੀ ਜੋਤ ਉਹਨਾਂ ਵਿੱਚ ਆਪ ਜਗਾਉਣਾ ਕੀਤੀ, ਆਪਣਾ ਰੂਪ ਬਣਾਇਆ ਤੇ ਆਪ ਉਹਨਾਂ ਨੂੰ ਆਪਣੀ ਜੋਤ ਆਪਣਾ ਰੂਪ ਮੰਨ ਕੇ ਗੁਰੂ ਦੂਸਰੇ ਪਾਤਸ਼ਾਹ ਦਾ ਰੂਪ ਉਹਨਾਂ ਨੂੰ ਮੰਨ ਕੇ ਦੂਸਰੇ ਗੁਰੂ ਨੂੰ ਮੱਥਾ ਟੇਕਿਆ ਹੈ। ਜਾਂ ਤੇ ਨਿਸ਼ਚਾ ਗੁਰਮਹਿ ਧਰੋ, ਇਸ ਕਰਕੇ ਨਿਸ਼ਚਾ ਕਰੋ ਕਿ ਗੁਰੂ ਨਾਨਕ ਸਾਹਿਬ ਭਰਾਂਗੇ ਤਾਂ ਸਾਨੂੰ ਪਾਪ ਵੀ ਲੱਗੇਗਾ ਤੇ ਸਾਨੂੰ ਕਿਸੇ ਨੇ ਅੰਦਰ ਆਉਣ ਵੀ ਨਹੀਂ ਦੇਣਾ। ਜੇ ਆਪਾਂ ਪੂਰੀ ਮਰਜ਼ਾਦਾ ਦੇ ਸਹਿਤ ਆਵਾਂਗੇ, ਪੂਰੀ ਮਰਜ਼ਾਦਾ ਦੇ ਸੰਯੋਗ ਤੇ ਇੱਥੇ ਹਾਜ਼ਰੀ ਭਰਾਂਗੇ, ਫਿਰ ਸਾਰਾ ਕੁਝ ਹੀ ਪ੍ਰਾਪਤ ਹੋਏਗਾ। ਮਾਤ ਲੋਕ ਦੀ ਮਰਜ਼ਾਦਾ ਵੀ ਦੇਹ ਗੁਰੂ ਵਾਲੀ ਪੂਰੀ ਕਰ ਦਿੱਤੀ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪ ਦਿੱਤਾ ਤੇ ਆਪਣੀ ਮਰਜ਼ਾਦਾ ਸੱਚਖੰਡ ਵਿੱਚ ਵੀ ਨਿਰਾਕਾਰ ਅਕਾਲ ਪੁਰਖ ਜੀ ਦੇ ਸਨਮੁਖ ਨਾਮ ਲੈ ਕੇ ਆਉਣ ਦੀ ਉਹ ਵੀ ਪੂਰੀ ਕੀਤੀ। ਕਿਉਂਕਿ ਜਿਹੜਾ ਗੁਰੂ ਹੁੰਦਾ ਸੰਗਤ ਜੀ ਜਾਂ ਅਵਤਾਰ ਹੁੰਦਾ, ਉਹ ਮਰਿਆਦਾ ਪੁਰਸ਼ੋਤਮ ਹੋਇਆ ਕਰਦਾ। ਅਵਤਾਰ ਉਹੀ ਬਣ ਸਕਦਾ ਜਿਹੜਾ ਮਰਿਆਦਾ ਪੁਰਸ਼ੋਤਮ ਹੈ, ਔਰ ਅਵਤਾਰਾਂ ਨੂੰ ਕੋਈ ਬੰਦੇ ਨਹੀਂ ਬਣਾਉਂਦੇ, ਦੁਨੀਆ ਨਹੀਂ ਬਣਾਉਂਦੀ, ਇਹ ਪਰਮੇਸ਼ਰ ਡਿਊਟੀਆਂ ਲਾ ਕੇ ਭੇਜਦਾ। ਭਗਵਾਨ ਰਾਮ 14 ਕਲਾਂ, ਕ੍ਰਿਸ਼ਨ 16 ਕਲਾਂ, ਪਰ ਗੁਰੂ ਨਾਨਕ ਸਾਹਿਬ ਕਲਯੁਗ ਦੇ ਵਿੱਚ ਅਨੰਤ ਕਲਾ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਉਹ ਭਗਵਾਨ ਵਿਸ਼ਨੂੰ ਦੇ ਅਵਤਾਰ ਸਨ, ਕੋਈ ਸ਼ਿਵ ਦਾ ਅਵਤਾਰ ਸੀ, ਕੋਈ ਬ੍ਰਹਮਾ ਦਾ, ਪਰ ਕਲਯੁਗ ਦੇ ਵਿੱਚ ਪਰਮੇਸ਼ਰ ਦੇ ਅਵਤਾਰ ਧਾਰਨ ਕੀਤੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਸੀ। ਗੁਰੂ ਨਾਨਕ ਸਾਹਿਬ ਦਸ ਸਰੂਪ, ਇਹ ਪਰਮੇਸ਼ਰ ਦਾ ਅਵਤਾਰ ਹੋਏ ਹੈ। ਵਾਹਿਗੁਰੂ ਪਰਮੇਸ਼ਰ ਦਾ, ਬ੍ਰਹਮ ਕਹਿ ਲਓ ਉਹਨੂੰ, ਵਾਹਿਗੁਰੂ ਕਹਿ ਲਓ, ਰੱਬ ਕਹਿ ਲਓ, ਪਰਮਾਤਮਾ ਕਹਿ ਲਓ, ਈਸ਼ਰ ਕਹਿ ਲਓ, ਇਹ ਬਈ ਦਸ ਜੋਤੀ, ਦਸ ਗੁਰੂ ਜੋਤੀ, ਇਹ ਪਰਮੇਸ਼ਰ ਦਾ ਅਵਤਾਰ ਸਨ। ਸੋ ਅਵਤਾਰ ਮਰਜ਼ਾਦਾ ਪੁਰਸ਼ੋਤਮ ਹੋਇਆ ਕਰਦੇ ਹੈ। ਪਰਮੇਸ਼ਰ ਦੀ ਮਰਜ਼ਾਦਾ ਨੂੰ ਪ੍ਰਪੱਕ ਲੋਕਾਂ ਤੋਂ ਦ੍ਰਿੜ ਕਰਵਾਉਣਾ ਔਰ ਸੰਸਾਰ ਨੂੰ ਮਰਿਆਦਾ ਵਿੱਚ ਚਲਾਉਣਾ, ਮਰਿਆਦਾ ਦੇ ਉਲਟ ਜਿਹੜਾ ਚੱਲਦਾ ਉਹ ਅਵਤਾਰ ਦੀ ਮਰਿਆਦਾ ਤੋਂ ਜਿਹੜਾ ਉਲਟ ਚੱਲੇਗਾ ਉਹ ਅਵਤਾਰ ਦਾ ਰੁਤਬਾ ਨਹੀਂ ਰੱਖਦਾ ਕਦੇ ਵਾਸਤੇ। ਇਸ ਕਰਕੇ ਗੁਰੂ ਸਾਹਿਬ ਨੇ ਇਹ ਮਰਿਆਦਾ ਪੂਰੀ ਕੀਤੀ ਹੈ, ਮਰਿਆਦਾ ਦ੍ਰਿੜ ਕਰਵਾਈ ਹੈ, ਮਰਿਆਦਾ ਵਿੱਚ ਹੀ ਬੰਨੇ ਹੋਏ ਹਾਂ ਨਾ ਆਪਾਂ ਸਾਰੇ। ਦੇਖੋ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰੀਆਓ, ਇਹ ਮਰਜ਼ਾਦਾ ਵਿੱਚ ਸਾਰਾ ਪਸਾਰਾ ਬੰਨਿਆ ਹੋਇਆ ਵਾਹਿਗੁਰੂ ਨੇ। ਹਵਾ ਆਪਣੀ ਥਾਂ 'ਤੇ ਚੱਲ ਰਹੀ ਹੈ, ਪਾਣੀ ਦਾ ਆਪਣਾ ਸੁਭਾਅ ਅਤੇ ਤਸੀਰ ਹੈ, ਅੱਗ ਦੀ ਆਪਣੀ ਤਸੀਰ ਹੈ, ਧਰਤੀ ਆਪਣੇ ਥਾਂ 'ਤੇ ਟਿਕੀ ਹੋਈ ਹੈ, ਆਕਾਸ਼ ਆਪਣੇ ਥਾਂ 'ਤੇ ਟਿਕਿਆ ਹੋਇਆ।
ਇਹ ਰੱਬੀ ਹੁਕਮ ਦੇ ਵਿੱਚ ਬੰਨੇ ਹੋਏ ਆ ਸਾਰੇ। ਜੰਗ ਦੀ ਮਰਜ਼ਾਦਾ ਪਰਮੇਸ਼ਰ ਨੇ ਐਨ ਬੰਨ ਕੇ ਰੱਖੀ ਹੈ। ਥੋੜ੍ਹੀ ਜਿਹੀ ਉਹਦੀ ਬਣਾਈ ਮਰਜ਼ਾਦਾ ਨੂੰ ਤੋੜ ਕੇ ਵੇਖੋ ਕਿੱਦਾਂ ਤਬਾਹੀ ਮੱਚ ਜਾਂਦੀ ਹੈ। ਕਿੰਨੀ ਪੌਣ ਪਾਣੀ ਵਿੱਚ ਤਬਦੀਲੀ ਆ ਗਈ, ਕਿੰਨਾ ਸਰਵਨਾਸ਼ ਹੁੰਦਾ ਜਾ ਰਿਹਾ ਦੁਨੀਆ ਦਾ। ਕਿਉਂ ਹੋ ਰਿਹਾ? ਮਰਿਆਦਾ ਤੋੜ ਰਹੇ ਆਪਾਂ ਪਰਮੇਸ਼ਰ ਦੀ, ਉਸ ਮਰਿਆਦਾ ਨੂੰ ਸੰਭਾਲ ਕੇ ਨਹੀਂ ਰੱਖ ਰਹੇ। ਪੌਣ ਪਾਣੀ ਨੂੰ ਸੰਭਾਲਣ ਦਾ ਹੁਕਮ ਸੀ, ਨਹੀਂ ਸਾਂਭਿਆ। ਅੱਜ ਵੇਖੋ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੂਰਜ ਮਰਿਆਦਾ ਵਿੱਚ ਹੈ ਨਾ, ਕਦੇ ਰਾਤ ਨੂੰ ਸੂਰਜ ਥੋੜ੍ਹਾ ਚੜ੍ਹਦਾ, ਰਾਤ ਨੂੰ ਚੰਦਰਮਾ ਹੀ ਚੜ੍ਹੇਗਾ, ਤਾਰੇ ਹੀ ਚੜ੍ਹਨਗੇ, ਦਿਨ ਵਿੱਚ ਸੂਰਜ ਹੀ ਚੜ੍ਹੇਗਾ। ਇਹ ਰੱਬ ਦੀ ਮਰਜ਼ਾਦਾ ਦੇ ਵਿੱਚ ਬੰਨੇ ਬੈਠੇ ਹੈ, ਅਤੇ ਅਵਤਾਰ ਕਿਵੇਂ ਮਰਜ਼ਾਦਾ ਤੋਂ ਬਾਹਰ ਜਾਣਗੇ? ਅਵਤਾਰਾਂ ਨੂੰ ਮਰਜ਼ਾਦਾ ਵਿੱਚ ਰਹਿਣਾ ਪਵੇਗਾ। ਗੁਰੂ ਨਾਨਕ ਸਾਹਿਬ ਨੇ ਜਿਹੜੀ ਮਰਿਆਦਾ ਸਾਰੀ ਉਹ ਪੂਰੀ ਕੀਤੀ, ਔਰ ਆਪਾਂ ਨੂੰ ਵੀ ਅੱਗੇ ਮਰਿਆਦਾ ਬਖਸ਼ੀ ਹੈ, ਅਸੂਲ ਦਿੱਤੇ ਹੈ, ਸਿਧਾਂਤ ਦਿੱਤੇ ਹੈ, ਉਹਨਾਂ ਵਿੱਚ ਹੀ ਚੱਲ ਕੇ ਆਪਣੀ ਕਲਿਆਣ ਹੋਣੀ ਹੈ। ਸਿੱਖੀ ਧਰਮ ਨਿਰਵਾਹਨ ਕਰੋ ਜਾਂ ਤੇ ਨਿਸ਼ਚਾ ਗੁਰਮੈ ਧਰੋ। ਇਸ ਕਰਕੇ ਆਪਣਾ ਭਰੋਸਾ, ਆਪਣਾ ਨਿਸ਼ਚਾ, ਆਪਣਾ ਵਿਸ਼ਵਾਸ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਵਿੱਚ, ਔਰ ਅਖੀਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ। ਸਾਨੂੰ ਕਹਿ ਗਏ ਕਲਗੀਆਂ ਵਾਲੇ ਕਿ ਅੱਜ ਤੋਂ ਤੁਹਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਰੂਪ ਦਾ ਨਿਸ਼ਚਾ ਕਿ ਵਾਹਿਗੁਰੂ ਦਾ ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਵਿੱਚ ਵੀ ਗੁਰ ਦਾ ਅਰਥ ਹੁੰਦਾ ਪਰਮੇਸ਼ਰ, ਗੁਰਾਂ ਵਿੱਚ ਵੀ ਪਰਮੇਸ਼ਰ ਵਾਲਾ ਭਰੋਸਾ ਰੱਖਣਾ। ਜੇ ਗੁਰੂ ਵਿੱਚ ਦਸਾਂ ਪਾਤਸ਼ਾਹੀਆਂ 'ਚ ਪਰਮੇਸ਼ਰ ਦਾ ਨਿਸ਼ਚਾ ਰੱਖੋਗੇ ਨਾ, ਭਰੋਸਾ ਰੱਖੋਗੇ, ਤਾਂ ਸੱਚਖੰਡ 'ਚ ਮਹਾਰਾਜ ਨੇ ਲੈ ਕੇ ਜਾਣਾ, ਨਹੀਂ ਤਾਂ ਰਸਤੇ 'ਚ ਹੀ ਰਹਿ ਜਾਣਾ, ਨਹੀਂ ਪਹੁੰਚਿਆ ਜਾਣਾ ਉੱਥੇ। ਪਰਮੇਸ਼ਰ ਦਾ ਦੇ ਸੱਚਖੰਡ ਹੈ ਨਾ ਉੱਥੇ, ਤਾਂ ਹੀ ਅਪਣਾਂਗੇ ਨਾ। ਪਰਮੇਸ਼ਰ ਸਰੂਪ ਗੁਰੂ ਸਾਹਿਬ ਹੀ ਲੈ ਕੇ ਜਾਣਗੇ ਨਾ ਆਪਾਂ ਨੂੰ ਆਪਣੀ ਪੂਰੀ ਸੱਚਖੰਡ ਵਿੱਚ। ਜੇ ਨਾ ਪਰਮੇਸ਼ਰ ਵਾਲਾ ਭਰੋਸਾ ਰੱਖਿਆ, ਵਿੱਚੇ ਰਹਿ ਜਾਂਗੇ, ਉਰੇ ਪਰੇ ਇੱਧਰ ਉੱਧਰ ਹੀ ਨਿਕਲ ਜਾਂਗੇ। ਇਸ ਕਰਕੇ ਗੁਰੂ ਵਿੱਚ ਦਸਾਂ ਜੋਤਾਂ ਵਿੱਚ ਵੀ ਪਰਮੇਸ਼ਰ ਵਾਲਾ ਨਿਸ਼ਚਾ ਭਰੋਸਾ ਰੱਖਣਾ, ਔਰ ਸਿੱਖੀ ਧਰਮ ਨਿਰਵਾਹਨ ਕਰੋ। ਜਿਹੜਾ ਗੁਰਸਿੱਖੀ ਧਰਮ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਹੀ ਨਿਭਾਉਣਾ ਹੈ। ਅਰਦਾਸ ਵਿੱਚ ਕਹੀਦਾ ਨਾ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭੇ। ਇਹ ਨਿਭਜੇ ਸੱਚੇ ਪਾਤਸ਼ਾਹ ਅਖੀਰਲੇ ਸਵਾਸ ਤੱਕ ਸਿੱਖੀ ਨਿਭਜੇ, ਇਹੀ ਦਾਤ ਮੰਗਣੀ ਹੈ ਸਤਿਗੁਰਾਂ ਤੋਂ। ਆਪਾਂ ਨਹੀਂ ਨਿਭਾ ਸਕਦੇ, ਆਪਣੇ ਵਿੱਚ ਕੀ ਸਮਰੱਥਾ। ਆਪਾਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡਾ ਨਿਭਾ ਦਿਓ, ਤੁਸੀਂ ਕਿਰਪਾ ਕਰਕੇ ਨਿਭਾ ਸਕਦੇ ਹੋ, ਤੁਸੀਂ ਸਮਰੱਥ ਹੋ, ਅਸੀਂ ਅਸਮਰੱਥ ਹੈ, ਸਾਡੇ ਵਿੱਚ ਕੋਈ ਸਮਰੱਥਾ ਨਹੀਂ। ਇਸ ਕਰਕੇ ਸਿੱਖੀ ਧਰਮ ਨੂੰ ਨਿਭਾਉਣਾ ਹੈ। ਹਲਤ ਪਲਤ ਮਹਿਲਹੋ ਆਨੰਦ, ਫਿਰ ਲੋਕ ਪ੍ਰਲੋਕ ਦੇ ਵਿੱਚ ਆਨੰਦ ਹੀ ਆਨੰਦ ਮਿਲੇਗਾ। ਮਹਾਰਾਜ ਕਹਿੰਦੇ ਜੀਤੋ ਸਕਲ ਬੇਕਾਰ ਬਿਲੰਦ, ਜਿਹੜੇ ਬੇਕਾਰ ਇੰਨੇ ਬਲੀਆ ਉਹਨਾਂ ਨੂੰ ਵੀ ਗੁਰਸਿੱਖੋ ਤੁਸੀਂ ਜਿੱਤ ਲਓਗੇ, ਉਹਨਾਂ ਨੂੰ ਵੀ ਕਾਮ ਕ੍ਰੋਧ ਨੂੰ ਆਪਣੇ ਹੱਥ ਵਸ ਵਿੱਚ ਕਰ ਲਓਗੇ ਜੇ ਗੁਰੂ ਦੇ ਹੁਕਮਾਂ ਨੂੰ ਮੰਨੋਗੇ। ਸੁਣ ਗੁਰ ਬਾਕ ਹਰਖ ਕੋ ਧਾਰਾ, ਗੁਰੂ ਸਾਹਿਬ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮਨ ਐਨ ਇਹਨਾਂ ਦਾ ਪ੍ਰਸੰਨਤਾ ਵਿੱਚ ਭਰ ਗਿਆ, ਆਨੰਦ ਦੀ ਧਾਰਾ ਇਹਨਾਂ ਦੇ ਹਿਰਦੇ ਵਿੱਚ ਵਗ ਤੁਰੀ ਹੈ। ਔਰ ਸੰਸੈ ਗਨ ਕੋ ਨਿਰਵਾਰਾ, ਸਾਰੇ ਸੰਸੇ ਨਿਵਿਰਤ ਕਰ ਦਿੱਤੇ ਹਨ ਹਿਰਦੇ ਦੇ।
ਸੇਵਾ ਕਰਤ ਰਹੇ ਸਤਿਗੁਰ ਕੀ, ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਦੇ ਰਹੇ, ਆਗਿਆ ਮੰਨਦੇ ਰਹੇ। ਹਰੀ ਅਵਿਦਿਆ ਦੁੱਖ ਦਾ ਉਰ ਕੀ, ਹਿਰਦੇ ਵਿੱਚੋਂ ਅਵਿਦਿਆ ਦਾ ਅਭਾਵ ਹੋ ਗਿਆ। ਵਿਦਿਆ ਕੀ ਹੈ? ਪਰਮੇਸ਼ਰ ਨੂੰ ਨਹੀਂ ਮਿਲਣ ਦਿੰਦੀ, ਇਹ ਮਿਟ ਗਈ ਹੈ। ਅਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਉਹ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਨਿਵਾਜ ਦਿੱਤਾ ਹੈ। ਸੰਗਤ ਦੀ ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। 1 ਜੂਨ ਤੋਂ ਲੈ ਕੇ 6 ਜੂਨ ਤੱਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ, ਸ਼ਹੀਦੀ ਦੀਵਾਨਾਂ ਵਿੱਚ ਰੋਜ਼ ਸ਼ਾਮ ਨੂੰ ਆਪ ਸੰਗਤਾਂ ਨੇ 3:30 ਤੋਂ ਲੈ ਕੇ 6 ਵਜੇ ਤੱਕ ਆ ਕੇ, 6:30-6 ਵਜੇ ਤੱਕ ਆ ਕੇ ਆਪ ਜੀ ਨੇ ਹਾਜ਼ਰੀਆਂ ਭਰਿਆ ਕਰਨੀਆਂ। 6 ਜੂਨ ਨੂੰ ਹੁੰਮ ਹਮਾ ਕੇ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣਾ, ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ। ਮੈਂ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਮਹਾਂਪੁਰਖ ਸੰਤ ਬਾਬਾ ਸੱਜਣ ਸਿੰਘ ਜੀ, ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਜਿਨ੍ਹਾਂ ਦਾ ਸਾਨੂੰ ਬੜਾ ਵੱਡਾ ਹਰ ਸਮੇਂ ਸਹਿਯੋਗ ਹੈ। ਬਾਬਾ ਜੀ ਵੱਲੋਂ ਕਾਲੀ ਕਿਉਂ ਕਰਦਾ, 2 ਮਿੰਟ ਰੁਕ ਜਾ। ਜਿਨ੍ਹਾਂ ਮਹਾਂਪੁਰਖਾਂ ਦਾ ਸਾਨੂੰ ਬੜਾ ਭਾਰੀ ਸਹਿਯੋਗ ਹੈ, ਸ਼ਹੀਦੀ ਸਮਾਗਮਾਂ ਵਿੱਚ ਬਾਬਾ ਜੀ, ਜਿੰਨੀਆਂ ਵੀ ਸਕੂਲ ਦੀਆਂ ਬੱਸਾਂ ਹਨ ਸਾਰੀਆਂ ਵੱਖ ਵੱਖ ਨਗਰਾਂ ਵਿੱਚ ਭੇਜ ਕੇ 6 ਜੂਨ ਵਾਲੇ ਦਿਨ ਸ਼ਹੀਦੀ ਸਮਾਗਮਾਂ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਭੇਜਣ ਦੀ ਬਾਬਾ ਜੀ ਵੱਲੋਂ ਬਹੁਤ ਵੱਡੀ ਸੇਵਾ ਨਿਭਾਈ ਜਾਂਦੀ ਹੈ ਔਰ ਹਰ ਤਰ੍ਹਾਂ ਦਾ ਹਰ ਸਮੇਂ ਸਹਿਯੋਗ ਦਿੱਤਾ ਜਾਂਦਾ ਹੈ। ਮੈਂ ਬਾਬਾ ਜੀ ਦਾ ਵੀ ਔਰ ਬਹੁਤ ਹੀ ਸਨਮਾਨਯੋਗ ਬਾਬਾ ਜੀ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਡਾਲੇ ਵਾਲੇ, ਸੰਤ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਨਵਤੇਜ ਸਿੰਘ ਜੀ ਗੁਰਦੁਆਰਾ ਚੇਲਿਆਣਾ ਸਾਹਿਬ, ਸੰਤ ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਜਿੱਥੇ ਕੱਲ੍ਹ ਨੂੰ ਅਮਰ ਸ਼ਹੀਦ ਬ੍ਰਹਮ ਗਿਆਨੀ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਮਹਾਂਪੁਰਖਾਂ ਦਾ ਮਨਾਇਆ ਜਾ ਰਿਹਾ। 27 ਵਿਸਾਖ ਨੂੰ ਸਾਰੇ ਦੁਨੀਆ ਭਰ ਵਿੱਚ ਧੰਨ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸੋ ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਕਮਲਜੀਤ ਸਿੰਘ ਜੀ ਨਾਗੀਆਣਾ ਸਾਹਿਬ, ਇਸ ਤੋਂ ਇਲਾਵਾ ਸੰਤ ਬਾਬਾ ਗੁਰਭੇਜ ਸਿੰਘ ਜੀ ਖੁਡਾਲੇ ਵਾਲੇ ਅਤੇ ਹੋਰ ਵੀ ਜਿੰਨੇ ਮਹਾਂਪੁਰਖ ਪਹੁੰਚੇ ਹੈ, ਮੈਂ ਸਭ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਆਓ ਹੁਣ ਆਪਾਂ ਅਰਦਾਸ ਵਿੱਚ ਜੁੜੀਏ। ਸ਼੍ਰੀ ਮੁਖਵਾਕ ਤੋਂ ਉਪਰੰਤ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਬੇਨਤੀਆਂ ਕਰਨਗੇ। ਬੇਨਤੀਆਂ ਧਿਆਨ ਪੂਰਵਕ ਸੁਣਨੀਆਂ ਹਨ, ਸਮਾਗਮਾਂ ਪ੍ਰਤੀ ਬੇਨਤੀਆਂ ਹਨ ਔਰ ਫਿਰ ਨਾਲ ਨਾਲ ਦੇਗ ਲੈਣੀ ਹੈ। ਫਿਰ ਸਾਰਿਆਂ ਨੇ ਲੰਗਰ ਜਲ ਪਾਣੀ ਛੱਕ ਕੇ ਜਾਣਾ। ਸਾਰੀ ਸੰਗਤ ਦਾ, ਸਾਰੇ ਪਤਵੰਤਿਆਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੇਵਾ ਕਰਤ ਰਹੇ ਸਤਿਗੁਰ ਕੀ, ਹਰੀ ਅਵਿਦਿਆ ਦੁੱਖ ਦਾ ਉਰ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ